ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਜੀ ਜਗਤਾਰ ਸਿੰਘ ਜੱਗੀ ਅਤੇ ਹਾਜ਼ਰ ਹਾਂ ਅੱਜ ਦਾ ਸਪੈਸ਼ਲ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਨਿੱਘਾ ਸਵਾਗਤ ਕਹਿੰਦੇ ਹਾਂ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਗਰ ਗੱਲ ਕਰੀਏ ਤਾਂ ਮੈਂ ਸਮਝਦਾ ਜਿੰਨੇ ਵੀ ਸਾਡੇ ਦਰਸ਼ਕ ਨੇ ਪ੍ਰੋਗਰਾਮ ਦੇਖਣ ਵਾਲੇ ਨੇ ਬਹੁਤ ਹੀ ਵਧੀਆ ਅਤੇ ਕੰਮ ਦੀਆਂ ਗੱਲਾਂ ਹੋਣਗੀਆਂ ਉਹਦੇ ਵਿੱਚ। ਜਿਵੇਂ ਕਿ ਅਸੀਂ ਦੇਖਿਆ ਐੱਲ ਏ ਦੇ ਵਿੱਚ ਪੈਸਾ ਦੇਣਾ ਪਰੇਡ ਜਿਹੜੀ ਹੈ ਰੋਜ਼ ਪਰੇਡ ਹੋਈ ਹੈ ਉਹਦੇ ਸਿੱਖ ਫਲੋਟ ਸ਼ਾਮਿਲ ਹੋਇਆ ਸਾਡੀ ਸਿੱਖਾਂ ਦੀ ਪਛਾਣ ਨੂੰ ਦਰਸਾਉਂਦਾ ਹੋਇਆ। ਇਹ 6ਵਾਂ ਸਾਲ ਸੀਗਾ ਜਦੋਂ ਸਿੱਖ ਫਲੋਟ ਇਹਦੇ 'ਚ ਸ਼ਾਮਿਲ ਹੋਇਆ। ਅਕਸਰ ਅਸੀਂ ਇਹ ਚੀਜ਼ਾਂ ਕਹਿੰਦੇ ਹਾਂ ਕਿ ਜਿਹੜੀ ਸਾਡੀ ਪਛਾਣ ਹੈ ਉਹ ਕਿਵੇਂ ਲੋਕਾਂ ਤੱਕ ਪਹੁੰਚਾਈਏ, ਪੂਰੀ ਦੁਨੀਆ ਤੱਕ ਕਿਵੇਂ ਪਹੁੰਚਾਈਏ। ਅਤੇ ਅੱਜ ਮੈਂ ਜਿਹੜੀ ਗੱਲਬਾਤ ਕਰਨੀ ਹੈ ਇਹਦੇ 'ਚ ਇਕੱਲੀ ਪਛਾਣ ਦੀ ਗੱਲ ਨਹੀਂ, ਜਿਨ੍ਹਾਂ ਨਾਲ ਮੈਂ ਗੱਲਬਾਤ ਕਰਨੀ ਹੈ ਇੱਥੇ ਐੱਲ ਏ ਵਿੱਚ ਅਸੀਂ ਆਏ ਹਾਂ ਔਰ ਸਾਨੂੰ ਪਤਾ ਲੱਗਾ ਜਦੋਂ ਅਤੇ ਅੱਜ ਦੇ ਜਿਹੜਾ ਫਲੋਟ ਸੀਗਾ ਸਾਡਾ ਸਿੱਖ ਫਲੋਟ ਪਾਈ ਕਨਈਆ ਜੀ ਵਾਲਾ ਉਹ ਵੀ ਉਹਨਾਂ ਵੱਲੋਂ ਸਪੋਂਸਰ ਕੀਤਾ ਗਿਆ ਸੀ। ਅਤੇ ਵੈਸੇ ਜੇ ਗੱਲ ਕਰੀਏ ਤਾਂ ਉਹ ਇੱਕ ਪੂਰੀ ਚੱਲਦੀ ਫਿਰਦੀ ਯੂਨੀਵਰਸਿਟੀ ਨੇ, ਉਹਨਾਂ ਨੇ ਸਿੱਖਾਂ ਦੀ ਪਛਾਣ ਵਾਸਤੇ ਸਿੱਖੀ ਨੂੰ ਕਾਇਮ ਰੱਖਣ ਵਾਸਤੇ ਜਾਂ ਸਿੱਖੀ ਦੇ ਪ੍ਰਚਾਰ ਵਾਸਤੇ ਬਹੁਤ ਕੰਮ ਕੀਤਾ। ਸਿਰਫ ਅਮਰੀਕਾ ਦੇ ਵਿੱਚ ਨਹੀਂ, ਆਲ ਓਵਰ ਜਿੱਥੇ ਵੀ ਗਏ ਉਹਨਾਂ ਨੇ ਪੂਰਾ ਸਿੱਖੀ ਨੂੰ ਪ੍ਰਚਾਰ ਕੀਤਾ। ਮੈਂ ਗੱਲ ਕਰ ਰਿਹਾ ਜੀ ਡਾਕਟਰ ਪਿਆਰਾ ਸਿੰਘ ਜੀ, ਉਹਨਾਂ ਕੋਲ ਅੱਜ ਆਏ ਸੀਗੇ ਜਦੋਂ ਪਤਾ ਲੱਗਿਆ ਤਾਂ ਉਹਨਾਂ ਕੋਲ ਟਾਈਮ ਲੈ ਕੇ ਉਹਨਾਂ ਦੇ ਉੱਥੇ ਗ੍ਰਹਿ ਵਿਖੇ ਪਹੁੰਚੇ ਹਾਂ ਅਤੇ ਇੱਥੇ ਇਹਨਾਂ ਨਾਲ ਅੱਜ ਗੱਲਬਾਤ ਕਰਾਂਗੇ, ਇਹਨਾਂ ਦੇ ਜੀਵਨ ਬਾਰੇ ਵੀ ਜਾਣਾਂਗੇ। ਪਹਿਲਾਂ ਧੰਨਵਾਦ ਕਰਦੇ ਹਾਂ ਅਤੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜਸ ਪੰਜਾਬੀ 'ਤੇ। ਬਹੁਤ ਵਧੀਆ ਲੱਗਿਆ ਜੀ, ਮੇਰੇ ਖਿਆਲ ਮੈਂ ਤੁਹਾਨੂੰ ਦੂਜੀ ਕੁ ਵਾਰ ਦਰਸ਼ਨ ਹੋਏ ਤੁਹਾਡੇ, ਇੱਕ ਵਾਰੀ ਉਦੋਂ ਖਾਲਸਾ ਯੂਨੀਵਰਸਿਟੀ ਵੇਲੇ ਤੁਸੀਂ ਗਏ ਸੀ ਉਦੋਂ ਮਿਲੇ ਸੀਗੇ ਅਤੇ ਅੱਜ ਫਿਰ ਆਏ ਸੀ ਅਤੇ ਤੁਹਾਡਾ ਬਹੁਤ ਬਹੁਤ ਪਹਿਲਾਂ ਤਾਂ ਧੰਨਵਾਦ ਇਹ ਕਰਦੇ ਹਾਂ ਜੀ। ਤੁਸੀਂ ਅਤੇ ਤੁਹਾਡੇ ਵਰਗੀਆਂ ਹੋਰ ਹਸਤੀਆਂ ਸ਼ਖਸੀਅਤਾਂ ਜਿਹੜੀਆਂ ਹੈਗੀਆਂ, ਜਿਹੜੀ ਖਾਸ ਤੌਰ 'ਤੇ ਅਸੀਂ ਫਲੋਟ ਦੀ ਗੱਲ ਕਰੀਏ ਰੋਜ਼ ਪਰੇਡ ਦੇ ਵਿੱਚ, ਅਤੇ ਉਹ ਤੁਹਾਡੇ ਵਰਗਿਆਂ ਦੀ ਬਦੌਲਤ ਜੀ ਉਹ ਪੂਰੀ ਦੁਨੀਆ ਤੱਕ ਉਹ ਪਹੁੰਚਦੀ ਹੈ ਔਰ ਏਡਾ ਵੱਡਾ ਉਪਰਾਲਾ ਹੁੰਦਾ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਜੀ। ਥੈਂਕ ਯੂ। ਦੇਖੋ ਜੀ ਇਹ ਗੁਰੂ ਦੀ ਬਖਸ਼ਿਸ਼ ਹੈ, ਉਹਦੀ ਬਖਸ਼ਿਸ਼ ਤੋਂ ਬਗੈਰ ਕੁਛ ਨਹੀਂ ਹੁੰਦਾ। ਅੱਛਾ ਡਾਕਟਰ ਸਾਹਿਬ, ਅਸੀਂ ਚਲੋ ਫਲੋਟ ਤੋਂ ਹੀ ਗੱਲ ਸ਼ੁਰੂ ਕਰਦੇ, ਉਹ ਤੋਂ ਬਾਅਦ ਅਗਲੀ ਗੱਲ ਕਰਾਂਗੇ ਤੁਹਾਡੀ ਜ਼ਿੰਦਗੀ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ, ਚੰਗੇ ਮਾੜੇ ਤਜ਼ਰਬਿਆਂ ਦੀ ਗੱਲ ਜਿਹੜੀ ਕਰਾਂਗੇ। ਇਹ ਫਲੋਟ ਜਿਵੇਂ 6ਵਾਂ ਸਾਲ ਹੈਗਾ ਜੀ ਇਸ ਪਰੇਡ ਦੇ ਵਿੱਚ ਸ਼ਾਮਿਲ ਹੋਇਆ, ਪਰ ਮੈਂ ਇੱਕ ਚੀਜ਼ ਦੇਖੀ ਹੈ ਵੀ ਸਾਡੇ ਪੰਜਾਬੀ ਜਿਹੜੇ ਹੈਗੇ ਨੇ ਉਹ ਪਰੇਡ 'ਚ ਨਹੀਂ ਪਹੁੰਚਦੇ, ਉੱਥੇ ਘੱਟ ਪਹੁੰਚਦੇ, ਅਤੇ ਇਹ ਫਿਰ ਕਿਵੇਂ ਹੋ ਸਕਦਾ? ਹਾਲਾਂਕਿ ਜਿਹੜੀ ਦੁਨੀਆ ਉੱਥੇ ਹੈਗੀ ਆ, ਦੁਨੀਆ ਮਿਲਦੀ ਆ ਉੱਥੇ, ਜਿਹੜੀ ਸਾਨੂੰ ਜਦੋਂ ਅਸੀਂ ਮਿਲਦੀ, ਮੈਂ ਦਸਤਾਰ ਬੰਨ ਕੇ ਜਾਂਦਾ ਅਤੇ ਉੱਥੇ ਇਉਂ ਲੱਗਦਾ ਵੀ ਲੋਕਾਂ ਨੂੰ ਚਾਅ ਚੜ੍ਹ ਜਾਂਦਾ, ਲੋਕ ਚੀਅਰ ਕਰਦੇ ਨੇ, ਚੀਅਰ ਵਾਜ਼ਾਂ ਮਾਰ ਮਾਰ ਕੇ। ਫਿਰ ਇਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਜੀ, ਕਿਉਂ ਲੋਕ, ਇਹ ਕਾਰਨ ਕੀ ਹੋ ਸਕਦੇ ਨੇ? ਦੇਖੋ ਜੀ ਇਹ ਐਜ਼ ਵੀ ਸੇ ਚੈਰਿਟੀ ਬਿਗਿਨਸ ਐਟ ਹੋਮ ਜੀ, ਇਹ ਘਰੋਂ ਤੋਂ ਮਾਂ ਪਿਓ ਹੈ ਨਾ ਜਿਹੜਾ, ਉਹਨਾਂ ਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਜੀ। ਹੁਣ ਤੁਹਾਨੂੰ ਮੈਂ ਦੱਸਣਾ ਕਿ ਸਾਡੀ, ਅਸੀਂ ਕਿਉਂ ਰਿਲੀਜੀਅਸ ਹਾਂ ਜੀ, ਸਾਡੀ ਮਦਰ, ਅਸੀਂ ਰਜਾਈ 'ਚ ਪਏ ਹੁੰਦੇ ਸੀ, ਉਹਨੇ ਸ਼ੁਰੂ ਕਰ ਦੇਣਾ ਮੇਰਾ ਰੁੱਸੇ ਨਾਲ ਕਲੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ। ਉਹ ਫਿਰ ਸਿਸਟਰ ਸੀ ਉਦੋਂ ਗੁਰਪੁਰਬ ਮੌਕੇ ਨਾ ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਸਾਰਾ ਫੇਰਦੇ ਸੀਗੇ ਅਤੇ ਉੱਥੇ ਫਿਰ ਅਸੀਂ ਕਵਿਤਾ ਵਗੈਰਾ ਵੀ ਪੜ੍ਹਨੀਆਂ ਅਤੇ ਸਕੂਲ ਤੋਂ ਹਾਈ ਸਕੂਲ ਕੀਤਾ ਉੱਥੋਂ। ਹਾਈ ਸਕੂਲ ਤੋਂ ਬਾਅਦ ਮੇਰੀ ਮਦਰ ਬਿਮਾਰ ਹੋ ਜਾਂਦੀ ਸੀ ਅਤੇ ਬਿਮਾਰ ਦੇ ਵਿੱਚ ਹਸਪਤਾਲ ਕੋਈ ਨਹੀਂ ਸੀ ਉੱਥੇ, ਉੱਥੇ ਹਕੀਮ ਹੁੰਦੇ ਸੀ, ਉਹ ਬੜੀ ਬੜੀਆਂ ਬੋਤਲਾਂ ਪਾਣੀ 'ਚ ਪਤਾ ਨਹੀਂ ਕੀ ਪੜਾਈ ਜਾਂਦੇ ਸੀ ਅਤੇ ਮੈਂ ਖੁਦ ਲਿਆ ਕੇ ਮਾਤਾ ਜੀ ਨੂੰ ਦਿੰਦਾ ਸੀ ਅਤੇ ਪਹਿਲਾ ਕੰਮ ਮੈਂ ਜੇ ਇੱਥੇ ਆ ਕੇ ਕੀਤਾ ਨਾ, ਮੈਂ ਕਿਹਾ ਵੀ ਹਸਪਤਾਲ ਹੋਣਾ ਚਾਹੀਦਾ। ਅੱਛਾ ਜੀ। ਇੱਥੋਂ ਫਿਰ ਮੈਂ ਪੈਸੇ ਭੇਜੇ ਅਤੇ ਇੱਕ ਸਾਡਾ ਟੀਚਰ ਸੀ ਉਹ ਦੂਸਰਾ ਜਿਹਨੂੰ ਮੈਂ ਪੈਸੇ ਭੇਜਦਾ ਸੀ, ਸਾਡਾ ਟੀਚਰ ਸੀ ਉਹ, ਅਤੇ ਉਹਨੇ ਕੀ ਕਰਨਾ ਪੈਸੇ ਪਹੁੰਚਣੇ ਅਤੇ ਭੱਜ ਲ ਮਤਲਬ ਜੋ ਕਹਿਣਾ ਕੰਮ ਕਰ ਦੇਣਾ। ਫਿਰ 10+2 ਸਪੋਂਸਰ ਕੀਤਾ ਸਾਡੇ ਸਕੂਲ, ਸਾਡਾ ਪਿੰਡ ਹੈ ਜਿਹੜਾ ਹੁਣ 10+2 ਹੈ। ਅੱਛਾ। ਫਿਰ ਹਸਪਤਾਲ ਬਣਾਇਆ, ਇੱਥੋਂ ਸੇਵਾ ਕੀਤੀ ਅਤੇ ਉਸ ਤੋਂ ਬਾਅਦ ਚਲੇ ਗਏ ਲੁਧਿਆਣੇ। ਲੁਧਿਆਣੇ ਮੇਰੀ ਸਿਸਟਰ ਸੀ, ਉਹ ਹੈਡਮਾਸਟਰ ਸੀ ਮੇਰੇ, ਸਾਡੇ ਜਿਹੜਾ ਬ੍ਰਦਰ, ਸਾਡਾ ਬ੍ਰਦਰਨਾ ਸੀ, ਅਤੇ ਛੁੱਟੀਆਂ 'ਚ ਮੈਂ ਚਲਾ ਜਾਂਦਾ ਸੀ ਉੱਥੇ। ਕਰਦੇ ਕਹਿੰਦੇ ਜਾ ਕੇ ਜੇ ਤੇਰਾ ਕੋਈ ਸਬਜੈਕਟ ਕਮਜ਼ੋਰ ਹੈ ਉੱਥੇ ਜਾ ਕੇ ਪੜ੍ਹ ਜਾ ਕੇ। ਉੱਥੋਂ ਫਿਰ ਅਸੀਂ ਸ਼ੌਕ ਪੈ ਗਿਆ, ਸਾਡੇ ਪਿੰਡ 'ਤੇ ਹੀ ਇੱਕ ਇੰਜੀਨੀਅਰ ਬਣ ਗਿਆ ਮੁੰਡਾ,
ਤੇ ਫਾਦਰ ਕਹਿੰਦਾ ਵੀ ਇੰਜੀਨੀਅਰ ਬਣ, ਮੈਨੂੰ ਕਹਿੰਦਾ। ਮੈਂ ਕਿਹਾ ਠੀਕ ਹੈ। ਉਹ ਕੰਪੀਟੀਸ਼ਨ ਦੇਤਾ, ਕੰਪੀਟੀਸ਼ਨ ਦੇ ਵਿੱਚ ਸਿਲੈਕਟ ਹੋ ਗਏ। ਉਹ ਪਿੰਡ ਵਾਲੇ ਕਹਿੰਦੇ ਵੀ ਚੰਦਾ ਸਿਆਂ ਹੁਣ ਤੂੰ ਐਂ ਕਰ, ਇੱਕ ਵੱਡਾ ਸਾਰਾ ਫੋੜਾ ਹੁੰਦਾ ਨਾ ਜਿਵੇਂ ਉਹ ਖਿੱਚਦੇ ਹੋ ਤੁਸੀਂ ਮੱਝ ਦੇ, ਕਹਿੰਦਾ ਫੋੜਾ ਬਣਾ ਲੈ, ਪੈਸੇ ਖਿੱਚੀ ਜਾਏ। ਕਹਿੰਦਾ ਬੜੀ ਇੰਜੀਨੀਅਰ ਦੀ ਜ਼ਿਆਦਾ ਸੀ, ਡਾਕਟਰ ਨਾਲੋਂ, ਡਾਕਟਰ ਨਾਲੋਂ ਇੰਜੀਨੀਅਰ ਦੀ ਜ਼ਿਆਦਾ ਸੀ। ਅਤੇ ਖੈਰ ਉੱਥੇ ਅਸੀਂ ਸਿਲੈਕਟ ਹੋ ਗਏ। ਸਿਲੈਕਟ ਤੋਂ ਬਾਅਦ ਫਿਰ ਨੌਕਰੀ ਸ਼ੁਰੂ ਕਰ ਦਿੱਤੀ ਅਤੇ ਅਸੀਂ ਪੋਸਟ ਹੋ ਗਈ ਸੀ ਹਸਾਨੀ ਵਾਲਾ ਹੈੱਡਵਰਕਸ, ਜਿਹੜਾ ਨਾ ਫਿਰੋਜ਼ਪੁਰ, ਹਸਾਨੀ ਵਾਲਾ ਹੈੱਡਵਰਕਸ, ਆਈ ਵਾਜ਼ ਇਨ ਚਾਰਜ ਆਫ ਦੈਟ। ਅਤੇ ਉੱਥੋਂ ਡਿਵੀਜ਼ਨ ਸੀ ਜਿਹੜਾ ਸਰਕਲ ਸੀ ਫਿਰੋਜ਼ਪੁਰ ਦਾ, ਉਹਦੇ ਚਾਰ ਡਿਵੀਜ਼ਨਾਂ ਸੀ, ਇੱਕ ਤਾਂ ਫਿਰੋਜ਼ਪੁਰ, ਇੱਕ ਦੂਸਰਾ ਜਿਹੜਾ ਹੈਗਾ ਆਪਣਾ ਹਰੀਕੇ ਹੈੱਡਵਰਕਸ। ਸੋ ਆਈ ਵਾਜ਼ ਹੈੱਡ, ਫਿਰ ਮੇਰੀ ਟ੍ਰਾਂਸਫਰ ਹੋ ਗਈ ਹਰੀਕੇ ਹੈੱਡਵਰਕਸ। ਹਰੀਕੇ ਹੈੱਡਵਰਕਸ ਉੱਥੇ ਇੱਕ ਰਿਠੌਰ ਹੁੰਦਾ ਸੀ, ਰੈਸਟੋਰੈਂਟ ਸੀ ਉਹਦਾ। ਅਤੇ ਸਾਨੂੰ ਤਾਂ ਕੋਠੀ ਮਿਲੀ ਹੋਈ ਸੀ ਅਤੇ ਉਹ ਰਿਠੌਰ ਕਹਿੰਦਾ, ਅਸੀਂ ਮੱਛੀ ਬੜੀ ਸੋਹਣੀ ਬਣਾਉਂਦਾ ਸੀ ਉਹ, ਕਹਿੰਦਾ ਦੇਖੋ ਜੀ ਸਾਨੂੰ ਮੱਛੀਆਂ ਨਹੀਂ ਪਕੜਨ ਦਿੰਦੇ ਤੁਹਾਡੇ ਉੱਥੋਂ। ਮੈਂ ਕਿਹਾ ਤੂੰ ਆ। ਉਹ ਇਹ ਹੈਗਾ ਅਪ ਸਟ੍ਰੀਮ ਅਤੇ ਡਾਊਨ ਸਟ੍ਰੀਮ ਨਾ ਫਿਸ਼ ਲੈਡਰ ਹੁੰਦੀ ਹੈ, ਕਿ ਵੀ ਮੱਛੀਆਂ ਥੱਲੇ ਜਾਂਦੀਆਂ ਨਾ, ਫਿਰ ਲੈਡਰ ਦੇ ਥਰੂ ਫਿਰ ਆ ਜਾਂਦੀਆਂ ਉੱਧਰ, ਅਤੇ ਨਾਲ ਪਾਕਿਸਤਾਨ ਦੀ ਬਾਰਡਰੀ ਲੱਗਦੀ ਹੈ। ਮਕਸਦ ਇਹ ਸੀ ਕਿ ਪਾਕਿਸਤਾਨ ਦੇ ਵਿੱਚ ਮੱਛੀ ਨਾ ਜਾਵੇ, ਉੱਧਰ ਨਾ ਜਾਵੇ। ਅਸੀਂ ਕਰ ਸ਼ੁਰੂ ਕਰ ਦਿੱਤਾ ਅਤੇ ਮੈਂ ਕਿਹਾ ਵੀ ਅੱਧਾ ਘੰਟਾ ਬੰਦ ਕਰਨਾ, ਟਨਸ ਆਫ ਮੱਛੀਆਂ ਉੱਥੇ ਟਰੈਪ ਹੋ ਜਾਂਦੀਆਂ ਸੀ। ਅਤੇ ਮੈਂ ਕਿਹਾ ਰਿਠੌਰ ਸਾਹਿਬ ਆਓ, ਉਹ ਤਾਂ ਲੱਗ ਗਿਆ ਜੀ ਤਲੀ ਮਲੀ ਉਹਦੇ ਸਾਰੀਆਂ ਕਮਾਲ ਦੀ, ਉਹਨੇ ਫਿਰ ਸਾਨੂੰ ਨਾ ਸ਼ਾਮ ਨੂੰ ਮੱਛੀਆਂ ਖਿਲਾਣੀਆਂ। ਅਤੇ ਉਹ ਕਹਿੰਦਾ, ਕਹਿੰਦਾ ਇਹ ਤੁਹਾਡੇ ਵਰਗਾ ਅਫਸਰ ਤਾਂ ਅਜੇ ਤੱਕ ਕੋਈ ਆਇਆ ਹੀ ਨਹੀਂ, ਕਹਿੰਦਾ ਸਾਨੂੰ ਤਾਂ ਮੱਛੀ ਨਹੀਂ ਪਕੜ ਦਿੰਦੇ ਤੁਸੀਂ, ਉਹਦਾ ਤਾਂ ਕੰਮ ਵਾਹਵਾ ਚੱਲ ਪਿਆ, ਉਹਦਾ ਕੰਮ ਬੜਾ ਚੱਲਿਆ, ਕੰਮ ਬੜਾ ਚੱਲਿਆ, ਸਾਨੂੰ ਸਾਨੂੰ ਫ੍ਰੀ ਉਹਨੂੰ ਫ੍ਰੀ ਤਰ੍ਹਾਂ ਤਰ੍ਹਾਂ ਦੀ ਮਤਲਬ ਮੱਛੀ ਸਾਨੂੰ ਖਿਲਾ, ਉਹਨੂੰ ਵੀ ਫ੍ਰੀ ਸੀ, ਉਹਨੂੰ ਵੀ ਫ੍ਰੀ ਸੀ। ਇਹ ਡਾਕਟਰ ਜਿਹੜਾ ਮਤਲਬ ਸ਼ੁਰੂ ਤੋਂ ਹੀ ਤੁਹਾਨੂੰ ਇਹ ਸ਼ੌਕ ਪੇਰੈਂਟਸ ਵੱਲੋਂ ਹੀ ਪਿਆ, ਜਿਹੜਾ ਸੇਵਾ ਦਾ, ਕਿਤੇ ਵੀ ਕੋਈ ਕੰਮ ਹੁੰਦਾ ਸਾਡੀ ਸੇਵਾ ਦਾ, ਚਾਹੇ ਧਰਮ ਦਾ ਹੁੰਦਾ, ਤੁਸੀਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋ। ਮਾਤਾ ਜੀ ਮੈਨੂੰ ਸੰਡੇ ਵਾਲੇ ਦਿਨ 100 ਰੁਪਈਆ ਦਿੰਦੇ ਸੀ, ਵੀ ਜਾ ਗੁਰਦੁਆਰੇ ਉੱਥੇ ਪ੍ਰਸ਼ਾਦ ਕਰਾਉਣਾ। ਪ੍ਰਸ਼ਾਦ ਉਹਦੇ ਪੱਤਿਆਂ ਦੇ ਦਿੰਦੇ ਹੁੰਦੇ ਸੀ, ਅੱਧਾ ਕੋ ਆਪ ਰੱਖਦੇ ਸੀ, ਅੱਧਾ ਵਾਪਸ ਜਾਂਦੇ ਸੀ, ਉਹ ਘਰ ਲਿਆ ਕੇ ਸਾਰਿਆਂ ਨੂੰ ਫਿਰਨਾ ਥੋੜ੍ਹੇ ਥੋੜ੍ਹੇ ਦੇਣਾ। ਫਿਰ ਮਦਰ ਕਨੀ ਉਹ ਇਹ ਸੀ ਜਿਹੜਾ ਅੰਮ੍ਰਿਤਸਰ ਜਾ ਕੇ ਆਉਂਦਾ ਸੀ ਨਾ ਦਰਸ਼ਨ ਕਰਕੇ, ਕਹਿੰਦੇ ਪੈਰੀਂ ਹੱਥ ਲਾ ਲਏ, ਇਹ ਮਦਰ ਮਦਰ ਅਸੀਂ ਪੈਰੀਂ ਹੱਥ ਲਾਉਂਦੇ ਰਹੇ। ਅਤੇ ਉਸ ਤੋਂ ਫਿਰ ਬਾਅਦ ਸਿਲੈਕਟ ਹੋ ਗਏ ਆਪਣੇ ਇੰਜੀਨੀਅਰਿੰਗ 'ਚ, ਫਿਰ ਉੱਥੇ ਅਮੈਰੀਕਾ ਦਾ ਹੋ ਗਿਆ ਪ੍ਰੋਗਰਾਮ। ਅੱਛਾ, ਸਟੱਡੀ ਵਾਸਤੇ, ਸਟੱਡੀ ਵਾਸਤੇ ਵੀ ਪੜ੍ਹਨ ਹੀ ਆਏ ਸੀ ਵੈਸੇ, ਅਤੇ ਫਿਰ ਸਟੱਡੀ ਮੇਰਾ ਦਾਦਾ ਕਹਿੰਦਾ ਹੁੰਦਾ ਸੀ ਇਸ ਨੂੰ, ਗੋਪਾਲ ਸਿੰਘ ਸੀ ਇੱਕ ਪੋਲੀਟੀਸ਼ੀਅਨ, ਉਹ ਆਇਆ ਸੀ ਕਰਕੇ ਕੈਂਬਰੇਜ ਤੋਂ, ਅਤੇ ਮੈਨੂੰ ਦਾਦਾ ਕਹਿੰਦਾ ਹੁੰਦਾ ਸੀ ਵੀ ਇਹਨੂੰ ਬਲੈਤ ਭੇਜਣਾ। ਉਹ ਦਿਲ ਮਨ ਬਣ ਗਈ ਗੱਲ, ਅਸੀਂ ਉਹ ਟਰਾਈ ਕਰਦੇ ਰਹੇ, ਅਸੀਂ ਉਹ ਤਾਂ ਅੱਧੇ ਰਸਤੇ 'ਚ ਛੱਡਿਆ ਹੈ ਬਲੈਤ, ਤਾਂ ਇੱਥੇ ਅਮੈਰੀਕਾ ਆ ਗਏ। ਅਤੇ ਅਮੈਰੀਕਾ ਦੇ ਵਿੱਚ ਆ ਕੇ ਫਿਰ ਅਸੀਂ 6 ਸਾਲ ਪਹਿਲਾਂ ਤਾਂ, ਅੱਛਾ ਫਿਰ ਉੱਥੇ ਦੀ ਡਿਗਰੀ ਨਾਲ ਸਾਡੀ ਇੱਥੇ, ਉਹ ਤੁਹਾਨੂੰ ਦੱਸਣਾ, ਉਹ ਸਾਨੂੰ ਕਿਉਂਕਿ ਉੱਥੇ ਇੰਜੀਨੀਅਰਿੰਗ ਇਕਨੋਮਿਕਸ ਨਹੀਂ ਸਬਜੈਕਟ ਨਹੀਂ ਹੈ, ਇੱਥੇ ਜਿਹੜੇ 4-5 ਸਬਜੈਕਟ ਐਸੇ ਜਿਹੜੇ ਕਿ ਇੰਜੀਨੀਅਰ ਉੱਥੇ ਨਹੀਂ ਪੜ੍ਹਾਉਂਦੇ। ਉਹ ਫਿਰ ਮੈਨੂੰ ਇੱਕ ਮੈਨੂੰ ਪ੍ਰੋਫੈਸਰ ਸੀ ਮੁਸਤਾਫਾ, ਉਹ ਸੀ ਆਪਣਾ ਮੁਸਲਮਾਨ, ਉਹ ਕਹਿੰਦਾ ਵਾਈ ਯੂ ਵੇਸਟ ਟਾਈਮ, ਇਹ ਸਾਰੀ ਜਿਹੜੀ ਤੇਰੀ ਕੀਤੀ ਹੋਈ ਹੈ ਉੱਥੋਂ, ਇਹ ਜਾਂ ਇੰਜੀਨੀਅਰਿੰਗ ਦੀ ਇੱਕ ਡਿਗਰੀ ਲੈ ਇੱਥੋਂ BS ਦੀ। ਅਤੇ ਮੈਂ ਉੱਥੇ ਗਿਆ, ਉਹਨਾਂ ਨੇ ਮੈਨੂੰ 4 ਘੰਟੇ ਮੈਨੂੰ ਕ੍ਰੈਡਿਟ ਆਵਰ ਕਹਿੰਦੇ ਨੇ, ਮੈਨੂੰ ਕਹਿੰਦੇ ਵੀ ਇਹ ਕੰਪਲੀਟ ਕਰ ਲਿਆ, ਅਤੇ ਉਹਨਾਂ ਨੇ ਡਿਗਰੀ ਦੇ ਦਿੱਤੀ। ਡਿਗਰੀ ਤੋਂ ਫਿਰ MS ਕੀਤੀ, MS ਤੋਂ ਫਿਰ ਮੇਰੀ ਟ੍ਰਾਂਸਫਰ ਹੋ ਗਈ ਇੱਥੇ। ਅੱਛਾ ਜੀ, LA ਜੀ, ਅਤੇ ਬੈਕਟਲ ਦੇ ਵਿੱਚ, ਬੈਕਟਲ ਕਾਰਪੋਰੇਸ਼ਨ। ਅੱਛਾ, ਇਹ ਜਿਹੜੀਆਂ ਕੰਪਨੀਆਂ ਨਾ, ਇਹ ਤੁਹਾਨੂੰ ਫ੍ਰੀ ਐਜੂਕੇਸ਼ਨ ਦਿੰਦੀਆਂ,
ਅਸੀਂ ਇਹ ਕਹਿਣ ਦੀ ਗੱਲ ਹੈ ਕਿ ਅਸੀਂ ਐੱਮ ਐੱਸ ਤੱਕ ਸਾਨੂੰ ਕਿਉਂਕਿ ਐੱਮ ਐੱਸ ਤੱਕ ਹੀ ਉਹ ਪੜ੍ਹਾਉਂਦੇ ਨੇ, ਮੈਂ ਫਿਰ ਪੀ ਐੱਚ ਡੀ ਕਹਿੰਦੇ ਨੇ ਪੀ ਐੱਚ ਡੀ ਦੀ ਅਸੀਂ ਨਹੀਂ ਦੇਣੇ ਕਿਉਂਕਿ ਪੀ ਐੱਚ ਡੀ ਹੈ ਜਿਹੜਾ ਤੂੰ ਛੱਡ ਕੇ ਚਲੇ ਜਾਣਾ ਸਾਨੂੰ ਜੀ ਜੀ, ਇਸ ਕਰਕੇ ਪੀ ਐੱਚ ਡੀ ਹੈ ਜਿਹੜੀ ਉਹ ਹੈ ਪ੍ਰੋਫੈਸਰਾਂ ਦੀ ਗੱਲ ਜੀ ਜੀ, ਉਹ ਫਿਰ ਅਸੀਂ ਆਪ ਜੀ ਡਾਕਟਰ ਸਾਹਿਬ ਇਸ ਤੋਂ ਬਾਅਦ ਆਪਾਂ ਗੱਲਾਂ ਬਾਤ ਜਾਰੀ ਰੱਖਾਂਗੇ, ਇੱਕ ਬ੍ਰੇਕ ਬਹੁਤ ਜ਼ਰੂਰੀ ਲੈਣੀ ਪੈਂਦੀ ਹੈ, ਇੱਕ ਬ੍ਰੇਕ ਲੈਂਦੇ ਛੋਟੀ ਜਿਹੀ, ਬੜੀਆਂ ਵਧੀਆ ਗੱਲਾਂ ਡਾਕਟਰ ਸਾਹਿਬ ਨੂੰ ਚੱਲਦੀਆਂ ਨੇ, ਹਜੇ ਹੋਰ ਵੀ ਜਿਹੜੀ ਜਾਣਕਾਰੀ ਬਹੁਤ ਹੈਗੀ ਇਹਨਾਂ ਦੇ ਖਜ਼ਾਨੇ ਦੇ ਵਿੱਚ, ਉਹ ਵੀ ਕੱਢਣ ਦੀ ਕੋਸ਼ਿਸ਼ ਕਰਾਂਗੇ, ਫਿਲਹਾਲ ਇੱਕ ਬ੍ਰੇਕ ਲੈਂਦੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਤੁਹਾਡਾ ਸਭ ਦਾ, ਅਤੇ ਗੱਲਬਾਤ ਚੱਲ ਰਹੀ ਹੈ ਡਾਕਟਰ ਪਿਆਰਾ ਸਿੰਘ ਜੀ, ਜਿਨ੍ਹਾਂ ਨੇ ਬਹੁਤ ਲੰਬਾ ਅਰਸਾ ਸਾਡੀ ਪਛਾਣ ਨੂੰ ਬਣਾਉਣ ਵਾਸਤੇ ਲਾ ਦਿੱਤਾ, ਇਹਨਾਂ ਨਾਲ ਬਹੁਤ ਵਧੀਆ ਸ਼ਰੀਟੋ ਸ਼ਹਿਰ ਪੈਂਦਾ ਹੈ ਐਲ ਏ ਕਾਉਂਟੀ ਦੇ ਵਿੱਚ, ਗੱਲਬਾਤ ਚੱਲ ਰਹੀ। ਡਾਕਟਰ ਸਾਹਿਬ ਇਹ ਗੱਲਬਾਤ ਬਹੁਤ ਵਧੀਆ ਚੱਲ ਰਹੀ, ਤੁਸੀਂ ਸਾਰੀ ਆਪਣੀ ਦੱਸ ਰਹੇ ਸੀ ਜੀਵਨੀ ਬਾਰੇ, ਫਿਰ ਤੁਸੀਂ ਦੱਸਿਆ ਵੀ ਜਦੋਂ ਇੱਥੇ ਆਏ ਸੀਗੇ ਅਤੇ ਉੱਥੇ ਸਕੂਲਾਂ ਦੇ ਵਿੱਚ ਪ੍ਰੋਬਲਮ ਆਉਂਦੀ ਸੀ, ਬੱਚਿਆਂ ਨੂੰ ਤੰਗ ਕਰਦੇ ਸੀ ਜਿਹੜੇ ਜੂੜਾ ਕਰਕੇ ਜਾਂਦੇ ਸੀ, ਜਾਂ ਉਹ ਕੀ ਸੀਗਾ ਵੀ ਕਿਵੇਂ ਹਟਾਏ ਤੁਸੀਂ ਉਹ? ਅੱਛਾ, ਮੇਰੇ ਤਾਂ ਗੱਲ ਪਹੁੰਚੀ ਵੀ ਬੱਚੇ ਹਟ ਗਏ ਸਕੂਲੋਂ ਜਾਣੋ, ਹਟ ਗਏ ਸੀ। ਅੱਛਾ, ਕਿਉਂਕਿ ਉਹ ਤੰਗ ਕਰਦੇ ਸੀ ਪਟਕਾ ਕੀ ਹੁੰਦਾ, ਕੇਸ ਕਿਉਂ ਰੱਖੇ ਆ, ਮੇਰੇ ਤਾਂ ਗੱਲ ਪਹੁੰਚੀ, ਮੈਂ ਕਿਹਾ ਵੀ ਹੱਦ ਹੋ ਗਈ ਅਤੇ ਮੈਂ ਬੱਚੇ ਨੂੰ ਨਾਲ ਲੈਣਾ, 7-8 ਸਕੂਲ ਸੀਗੇ, ਬੱਚੇ ਨਾਲ ਲੈਣਾ ਅਤੇ ਉਹਦੇ ਪ੍ਰਿੰਸੀਪਲ ਨਾਲ ਗੱਲ ਕਰਨੀ, ਦੱਸਣਾ ਕਿ ਸਿੱਖ ਧਰਮ ਕੀ ਹੈ, ਕਿਉਂ ਅਸੀਂ ਕੇਸ ਰੱਖਦੇ ਹਾਂ ਅਤੇ ਇਹ ਪਹਿਨਾਵਾ ਸਾਡਾ ਕਿਉਂ ਆ, ਸਾਡੇ ਧਰਮ ਦਾ ਪਾਰਟ ਆਫ ਇਹ ਹੈ। ਉਹ ਪ੍ਰਿੰਸੀਪਲ ਕਹਿੰਦਾ ਵੀ ਤੂੰ ਆ ਕੇ ਬੱਚਿਆਂ ਨੂੰ ਲੈਕਚਰ ਦੇ ਸਾਰੀ ਕਲਾਸ ਨੂੰ। ਮੈਂ ਕਿਹਾ ਠੀਕ ਹੈ, ਮੈਂ ਆਪਦਾ ਤਿਆਰ ਕਰਕੇ ਲੈ ਗਿਆ, ਸਿੱਖ ਧਰਮ ਕੀ ਹੁੰਦਾ, ਬਿਲੀਫ ਕੀ ਹੈ ਸਾਡੇ, ਅਤੇ ਉਹ ਮੈਂ ਲੈਕਚਰ ਦਿੱਤਾ ਅਤੇ ਇਹ ਪ੍ਰੋਬਲਮ ਖਤਮ ਹੋ ਗਈ। ਅਤੇ ਇੱਕ ਪ੍ਰਿੰਸੀਪਲ ਬੜਾ ਸਖਤ ਸੀ, ਕਹਿੰਦਾ ਡਾਕਟਰ ਸਾਹਿਬ ਤੁਸੀਂ ਕਹਿੰਦਾ ਸਾਡੇ ਮੁਲਕ ਆਏ, ਸਾਡੇ ਕਾਨੂੰਨ ਰੂਲਸ ਐਂਡ ਰੈਗੂਲੇਸ਼ਨ ਕਰਨੇ ਪੈਣੇ ਫਾਲੋ। ਮੈਂ ਕਿਹਾ ਵੀ ਡੂ, ਮੈਂ ਕਿਹਾ ਇਜ਼ ਦੇਰ ਐਨੀਥਿੰਗ ਯੂ ਟੈਲ ਮੀ, ਇਜ਼ ਦੇਰ ਐਨੀਥਿੰਗ ਰਿਟਨ ਇਨ ਦੀ ਕੰਸਟੀਟਿਊਸ਼ਨ ਆਫ ਅਮੈਰੀਕਾ ਕਿ ਯੂ ਡੋਂਟ ਹੈਵ ਟੂ ਹੈਵ ਟਰਮ, ਇਜ਼ ਦੇਰ ਐਨੀਥਿੰਗ ਰਿਟਨ ਇਨ ਦੀ ਕੰਸਟੀਟਿਊਸ਼ਨ ਆਫ ਅਮੈਰੀਕਾ ਦੈਟ ਯੂ ਡੋਂਟ ਹੈਵ ਟੂ ਹੈਵ ਬੀਅਰਡ? ਚੁੱਪ। ਦੈਨ ਆਈ ਸੈਡ ਓਕੇ ਨਾਓ ਇਟਸ ਮਾਈ ਟਰਨ, ਵਾਈ ਡੋਂਟ ਯੂ ਫੋਲੋ ਲਾਅ ਆਫ ਨੇਚਰ? ਕਹਿੰਦਾ ਵਟ ਯੂ ਮੀਨ? ਮੈਂ ਕਿਹਾ ਦਿਸ ਮੀਨਸ ਵੈਨ ਇਨਕਲੂਡਿੰਗ ਯੂ, ਵੈਨ ਦੀ ਚਾਈਲਡ ਇਜ਼ ਬੋਰਨ ਸ਼ੀ ਹੀ ਔਰ ਸ਼ੀ ਇਜ਼ ਕਮ ਵਿਦ ਹੇਅਰ? ਕਹਿੰਦਾ ਆਈ ਡਿਡ ਨਾਟ ਥਿੰਕ ਦੈਟ ਵੀ, ਮੈਂ ਕਿਹਾ ਦੈਟਸ ਵਟ ਆਈ ਐਮ ਹੇਅਰ, ਸੋ ਵੀ ਕੰਟਰੋਲ ਦੈਟ ਪ੍ਰੋਬਲਮ ਬੱਚਿਆਂ ਦੀ, ਫਿਰ ਮੁੜ ਕੇ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਹੋਈ। ਅਤੇ ਡਾਕਟਰ ਸਾਹਿਬ ਉਹ ਤੋਂ ਬਾਅਦ ਨੇਵੀ ਵਿੱਚ ਵੀ ਤੁਸੀਂ ਇੱਕ ਬਹੁਤ ਲੰਬਾ ਅਰਸਾ ਰਹੇ ਹੋ, ਅਤੇ ਨੇਵੀ ਵਿੱਚ ਜਾਣ ਦਾ ਨੇਵੀ ਦਾ ਮੇਰਾ ਦੋਸਤ ਸੀ, ਮੈਂ ਸ਼ਿਕਾਗੋ ਸੀ ਪਹਿਲਾਂ ਆਇਆ, ਅਤੇ ਉਹ ਕਹਿੰਦਾ ਨੇਵੀ ਦੀਆਂ ਪੋਸਟਾਂ ਨਿਕਲੀਆਂ। ਮੈਂ ਕਿਹਾ ਵੀ ਮੈਨੂੰ ਤਾਂ ਮਹੀਨਾ ਹੀ ਹੋਇਆ ਇੱਥੇ, ਮੈਨੂੰ ਤਾਂ ਸਰਾਂ ਦੇ ਵਿੱਚ ਰੱਖਿਆ ਇਹਨਾਂ ਨੇ ਇਹਨਾਂ ਦੇ ਵਿੱਚ। ਕਹਿੰਦਾ ਮੈਂ ਭਰ ਦਿੰਦਾ ਤੁਹਾਡਾ ਫਾਰਮ, ਮੈਨੂੰ ਕਹਿੰਦਾ ਉਹਨੇ ਫਾਰਮ ਭਰ ਕੇ ਭੇਜਤਾ, ਅਤੇ ਇਹ 16 ਸਟੇਟਾਂ ਡੈਲਸ ਤੋਂ ਲੈ ਕੇ ਨਾ 16 ਸਟੇਟਾਂ ਪੈਸੀਫਿਕ ਜਿਹੜਾ ਇਹਨੂੰ ਕਹਿੰਦੇ ਨੇ, ਉਹ ਇਮਤਿਹਾਨ ਇੱਕ ਦਿਨ ਹੁੰਦਾ। ਅੱਛਾ ਜੀ। ਉਹਦੇ ਵਿੱਚ ਕਿਉਂਕਿ ਇਹ ਸਾਰੇ ਜਿਹੜੇ ਬੇਸ ਆ ਨਾ ਜਿਹੜੇ, ਇਹ ਕਮਿਸ਼ਨ ਨੂੰ ਭੇਜਦੇ ਰਹਿੰਦੇ, ਸਾਨੂੰ 4 ਡਾਕਟਰ ਚਾਹੀਦੇ, 2 ਇੰਜੀਨੀਅਰ ਚਾਹੀਦੇ, ਸਾਰਾ ਲਿਸਟ ਬਣਾ ਭੇਜਦੇ ਇਹ। ਹਾਂ, ਇੱਥੇ ਕਮਿਸ਼ਨ ਆ, ਡਾਇਰੈਕਟ ਨਹੀਂ ਇਹ ਰੱਖਦੇ, ਡਾਇਰੈਕਟ ਨਹੀਂ ਹਾਇਰ ਕਰ ਸਕਦੇ। ਅੱਛਾ ਜੀ, ਠੀਕ ਹੈ। ਉਹ ਕਮਿਸ਼ਨ ਫਿਰ ਨਾ ਕਮਿਸ਼ਨ ਕੋਲ ਉਹ ਦੇਖਦਾ ਵੀ 100 ਦੀ ਡਿਮਾਂਡ ਹੈ, ਅਪਲਾਈ ਕੀਤਾ ਸੀ 2200 ਨੇ, ਰੱਖਣੇ ਸੀ 100, ਉਹ 100 ਫਿਰ ਉੱਪਰੋਂ ਮੈਰਿਟ ਲਿਸਟ ਕਹਿੰਦੇ ਆ ਉਸਨੂੰ, ਮੈਰਿਟ ਲਿਸਟ ਆ ਜਾਂਦੇ, ਜਿਹੜੇ ਫਿਰ ਮੈਰਿਟ ਲਿਸਟ ਆ ਜਾਂਦੇ ਆ ਉਹਨੂੰ ਚਿੱਠੀ ਭੇਜਦੇ ਆ ਵੀ ਇੰਟਰਵਿਊ ਵਾਸਤੇ। ਅੱਛਾ, ਠੀਕ ਹੈ। ਉਹ ਪਹਿਲਾਂ ਐਪਲੀਕੇਸ਼ਨ ਲਿਖਿਆ ਹੁੰਦਾ ਵੀ ਕਿੱਥੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ। ਮੈਂ ਲਿਖਿਆ ਸੀ ਐਲ ਏਰੀਆ, ਐਲ ਏਰੀਆ ਦੇ ਇੱਥੇ ਨੇਵੀ ਦੇ ਵਿੱਚ ਕੋਈ ਪੋਸਟ ਹੈ। ਅੱਛਾ ਜੀ। ਨੇਵੀ ਦੇ ਵਿੱਚ ਮੈਨੂੰ ਇੱਥੋਂ ਚਿੱਠੀ ਆ ਗਈ ਵੀ ਤੂੰ ਯੂ ਗੋ ਇੰਟਰਵਿਊ, ਅੱਗੇ ਦਾ ਇੰਟਰਵਿਊ। 5 ਬੰਦੇ ਭੇਜੀ ਸੀ ਉਹਨਾਂ ਨੇ ਜੀ, 5 ਦੇ ਵਿੱਚ ਸਿਲੈਕਟ ਕਰਨਾ। ਅੱਛਾ, ਜਦੋਂ ਫਿਰ ਨੇਵੀ ਦੇ ਵਿੱਚ ਵੀ ਤੁਹਾਨੂੰ ਪ੍ਰੋਬਲਮ ਆਈ ਕੋਈ ਤੁਹਾਡੀ? ਆਈ ਹੈ, ਬੜੀ ਭਾਰੀ। ਕੋਈ ਕਿਵੇਂ ਉਹਨਾਂ ਨੇ ਇੱਕ ਗੱਲ ਹੈ ਜੀ ਕਿ ਨੇਵੀ ਦੇ ਵਿੱਚ ਜਦੋਂ ਤੁਸੀਂ ਅਪਲਾਈ ਕਰਦੇ ਹੋ ਨਾ, ਫੋਟੋ ਭੇਜਦੇ ਹੋ ਤੁਸੀਂ ਨਾਲ, ਫੋਟੋ ਤਾਂ ਸਾਡੇ ਸਿੱਖਾਂ ਦੀ ਸੀ, ਮੁੜ ਕੇ ਫਿਰ ਉਹਨਾਂ ਨੂੰ ਪ੍ਰੋਬਲਮ ਕਰਨਾ ਕੋਈ ਮੁਸ਼ਕਲ ਹੋ ਜਾਂਦਾ ਸੀ। ਠੀਕ ਹੈ। ਪਹਿਲਾਂ ਉਹਨਾਂ ਨੇ ਪਰ ਨੇਵੀ 'ਚ ਵੀ ਤੁਸੀਂ ਦੱਸ ਰਹੇ ਸੀਗੇ ਵੀ ਜਿੱਦਾਂ ਵੀ ਉੱਥੇ ਵੀ ਉਹ ਤੁਹਾਡੇ ਕੋਲ ਸਾਰਾ ਕੁਝ ਤੁਸੀਂ ਕਰਦੇ ਸੀਗੇ ਅਤੇ ਸਿੱਖਇਜ਼ਮ ਦਾ ਉਹ 'ਚ ਨਾਮ ਨਹੀਂ ਸੀ। ਅੱਛਾ, ਉਹ ਹੈ ਉਹ ਜੋ ਬਹੁਤ ਵਧੀਆ ਪੁਆਇੰਟ ਲੱਗਿਆ, ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ। ਉਹ ਕੀ ਹੋਇਆ ਜੀ, ਮੇਰੀ ਡਿਊਟੀ ਸੀ ਬੀਇੰਗ ਹੈੱਡ ਆਫ ਦੀ ਡਿਪਾਰਟਮੈਂਟ, ਅਤੇ ਜਿਹੜੇ ਇਹਨਾਂ ਦੀ ਰੂਲਸ ਔਰ ਰੈਗੂਲੇਸ਼ਨ ਸੀ ਨਾ ਜਿਹੜੇ, ਉਹ ਇੰਪਲੀਮੈਂਟ ਮੈਂ ਕਰਦਾ, ਮੇਰੇ ਕੋਲ ਆ ਜਾਂਦੇ ਸੀ ਜਨਰਲ ਮਾਰਕ ਕਰਕੇ, ਮੇਰੇ ਕੋਲ ਆ ਜਾਂਦੇ, ਇੰਪਲੀਮੈਂਟੇਸ਼ਨ ਮੈਂ ਕਰਦਾ ਸੀ। 1985 ਦੇ ਵਿੱਚ ਆਇਆ, ਨੋ ਬਡੀ ਕੈਨ ਸਮੋਕ ਇਨ ਦੀ ਆਫਿਸ। ਮੈਂ ਪਹਿਲਾਂ ਤਾਂ ਗੁਰੂ ਨੂੰ ਨਮਸਕਾਰ ਕੀਤਾ ਵੀ ਅਮੈਰੀਕਾ, ਉਹ ਫਿਰ ਮੈਨੂੰ ਮੌਕਾ ਮਿਲ ਗਿਆ ਆਰਟੀਕਲ ਲਿਖਣ ਦਾ। ਸਾਡੇ ਸਾਰੇ ਜਿੱਥੇ ਵੀ ਇਹਨਾਂ ਦੇ ਬੇਸ ਆ ਨਾ ਸਾਰੀ ਦੁਨੀਆ 'ਚ, ਸਾਡਾ ਇੱਕੋ ਹੀ
ਹੈਗਾ ਨਿਊਜ਼ਪੇਪਰ, ਉਹਦੇ 'ਚ ਫਿਰ ਮੈਨੂੰ ਮੌਕਾ ਮਿਲ ਗਿਆ ਜੀ। ਫਿਰ ਆਇਆ ਸਟੇਟਸ ਆਫ ਵੂਮਨ। ਹੁਣ ਸਟੇਟਸ ਆਫ ਵੂਮਨ ਤਾਂ ਸਾਡੇ ਧਰਮ ਦੇ ਵਿੱਚ ਤਾਂ ਤੁਹਾਨੂੰ ਪਤਾ ਜੀ। ਆਹ ਵੀ ਤੁਸੀਂ ਫਿਰ ਆਰਟੀਕਲ ਕੀ ਲਿਖਿਆ ਸੀ ਜਿਹੜਾ ਸਮੋਕਿੰਗ 'ਤੇ? ਸਮੋਕਿੰਗ 'ਤੇ ਵੀ ਤੁਸੀਂ ਅੱਜ ਕਹਿੰਦੇ ਹੋ, ਅੱਜ ਕਹਿੰਦੇ ਹੋ, ਸਾਢੇ ਤਿੰਨ ਸੌ ਸਾਲ ਤੋਂ ਸਾਡੇ ਗੁਰੂ ਨੇ ਕਿਹਾ ਤੰਬਾਕੂ ਤੋਂ 25 million 6 ਵਾਕਿੰਗ ਔਨ ਦਿਸ ਪਲੈਨਟ ਆਰ ਡਰੱਗ ਐਂਡ ਸਮੋਕ ਫਰੀ ਪੀਪਲ। ਬੜੀ ਇੱਜ਼ਤ ਇਹ ਸੁਣ ਕੇ ਜਿਹਦੇ ਕੋਲ ਗਏ ਤਾਂ ਮੈਨੂੰ ਚਿੱਠੀਆਂ ਲਿਖੀਆਂ ਸਾਰਿਆਂ ਨੇ, ਇਜ਼ ਇਟ ਟਰੂ? ਮੈਂ ਕਿਹਾ ਜੀ ਇਜ਼ ਇਟ ਟਰੂ। ਅਤੇ ਫਿਰ ਪੈਸਾ ਡੀਨਾ 'ਚ ਮੇਰੀ ਡਿਊਟੀ ਲੱਗ ਗਈ। ਉੱਥੇ ਕਹਿੰਦੇ, ਇੱਕ ਕਹਿੰਦਾ 400-500 ਹੁੰਦਾ ਸੀ, ਅਸੀਂ ਜਿਹੜੇ ਪੈਨਲ ਸੀ ਜਿਹੜਾ ਸਿੱਖ ਧਰਮ ਹੈ ਪ੍ਰਜੈਂਟ ਕਰਦਾ ਸੀ, ਬਾਕੀ ਕ੍ਰਿਸਚੈਨਿਟੀ, ਇਸਲਾਮ ਐਂਡ ਹਿੰਦੂਇਜ਼ਮ, ਬੁੱਧਿਜ਼ਮ ਹੈ ਸਾਰੇ। ਤੋਂ ਇੱਕ ਉੱਠ ਕੇ ਕਹਿੰਦਾ, ਕਹਿੰਦਾ ਮਿਸਟਰ ਸਿੰਘ, ਯੂ ਸ਼ੁੱਡ ਨਾਟ ਬੀ ਸਿਟਿੰਗ ਹੀਅਰ ਬਿਕਾਜ਼ ਯੂ ਆਰ ਨਾਟ ਏ ਕ੍ਰਿਸਚਨ। ਅੱਛਾ, ਗੋਡ ਡਜ਼ ਨਾਟ ਲਵ ਯੂ। ਹੁਣ ਮੈਂ ਨਾਲ ਬੈਠਾ ਸੀ ਡਾਕਟਰ, ਮੈਂ ਉਹਦੇ ਕਿ ਨਹੀਂ ਦੇਖਿਆ, ਉਹ ਕਹਿੰਦਾ ਯੂ ਨੋ ਯੂ ਹੈਵ ਟੂ, ਆਈ ਹੈਵ ਟੂ ਆਨਸਰ। ਮੈਂ ਕਿਹਾ ਜੈਂਟਲਮੈਨ, ਯੂਅਰ ਕੁਐਸਚਨ ਇਜ਼ ਦੈਟ ਗੋਡ ਲਵਸ ਯੂ ਮੋਰ ਬਿਕਾਜ਼ ਯੂ ਆਰ ਏ ਕ੍ਰਿਸਚਨ, ਐਂਡ ਯੂ ਆਰ ਟੈਲਿੰਗ ਮੀ ਦੈਟ ਗੋਡ ਡਜ਼ ਨਾਟ ਲਵ ਮੀ ਬਿਕਾਜ਼ ਆਈ ਐਮ ਨਾਟ ਏ ਕ੍ਰਿਸਚਨ। ਆਈ ਕਲੇਮ ਦੈਟ ਗੋਡ ਲਵਸ ਮੀ ਮੋਰ ਦੈਨ ਯੂ। ਮੈਂ ਕਿਹਾ ਹਾਓ? ਆਈ ਵਿਲ ਪ੍ਰੂਵ ਇਟ। ਮੈਂ ਕਿਹਾ ਗੋਡ ਹੈਜ਼ ਯੂਅਰ ਗੋਡ ਸੋੜੇ ਯੂਅਰ ਗੋਡ ਮੇਡ ਮੀ ਏ ਡਾਕਟਰ, ਆਰ ਯੂ ਏ ਡਾਕਟਰ? ਚੁੱਪ। ਗੋਡ ਗੇਵ ਮੀ ਏ ਮਿਲੀਅਨ ਡਾਲਰ ਹਾਊਸ, ਵਾਟ ਇਜ਼ ਦੀ ਬਰਥ ਆਫ ਯੂਅਰ ਹਾਊਸ? ਚੁੱਪ। ਐਂਡ ਯੂ ਆਰ ਟੈਲਿੰਗ ਮੀ ਦੈਟ ਗੋਡ ਡਜ਼ ਨਾਟ ਲਵ ਮੀ, ਚੁੱਪ। ਆਈ ਸੈਡ ਹੇ ਲੁੱਕ, ਗੋਡ ਹੈਜ਼ ਗਿਵਨ ਮੀ ਸੋ ਮਚ ਵਿਚ ਯੂ ਡੋਂਟ ਹੈਵ, ਦੈਟਸ ਵਾਈ ਗੋਡ ਲਵਸ ਮੀ ਮੋਰ, ਬਿਕਾਜ਼ ਹੀ ਹੈਜ਼ ਗਿਵਨ ਮੀ ਮੋਰ ਐਂਡ ਯੂ ਡੋਂਟ ਹੈਵ। ਉਹ ਜਿਹੜੇ 400-500 ਜਿਹੜੇ ਬੰਦੇ ਬੈਠੇ ਸੀ ਨਾ, ਉਹਨਾਂ ਤਾਲੀਆਂ ਵਜਾ ਤੀਆਂ ਜੀ। ਫਿਰ ਉਹ ਮੇਰੇ ਕੋਲ ਆਏ, ਕਹਿੰਦੇ ਡਾਕਟਰ ਸਿੰਘ, ਵੀ ਆਰ ਗਲੈਡ ਦੈਟ ਵੀ ਇਨਵਾਈਟਡ ਯੂ। ਇਹ ਸਾਨੂੰ ਵੀ ਤੰਗ ਕਰਦੇ ਸੀ ਇਹ ਵੀ। ਆ ਦੇਖੋ ਕਿੱਡੀਆਂ ਕਿੱਡੀਆਂ ਗੱਲਾਂ ਨੇ ਜਿਹੜੀਆਂ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਕੀ ਜਵਾਬ ਦੇਣਾ ਕੀ ਨਹੀਂ ਦੇਣਾ। ਅਸੀਂ ਇਹ ਦੇਖ ਕੇ ਅਸੀਂ ਜੀ ਹੁਣ ਗੋਰਿਆਂ ਦੇ ਇਲਾਕੇ 'ਚ ਰਹਿੰਦੇ ਹਾਂ ਜੀ, ਤਾਂ ਅਸੀਂ ਨਾਮ ਚੇਂਜ ਕਰ ਲਈਏ, ਅਸੀਂ ਫਟਾਫਟ ਅਸੀਂ ਆਪਣੇ ਕੇਸ ਕਟਾ ਦਈਏ, ਅਸੀਂ ਇਹਨਾਂ ਵਰਗੇ ਲੱਗੀਏ ਆਪਣੇ 'ਚ। ਇੱਕ ਡਾਕਟਰ ਸਾਹਿਬ, ਬੜੇ ਵੱਡੀ ਸਮੱਸਿਆ ਜਿਹੜੀ ਆ ਰਹੀ ਹੈ, ਮੈਂ ਸਾਂਝੀ ਕਰਦਾ ਹੁਣ ਅਕਸਰ ਪ੍ਰੋਗਰਾਮ ਦੇ ਵਿੱਚ ਵੀ ਸਿੰਘ ਨਾਮ ਗਾਇਬ ਹੁੰਦਾ ਜਾਂਦਾ ਜੀ। ਇਸ 'ਤੇ ਮੇਰਾ ਲੈਕਚਰ ਹੈਗਾ ਇੱਕ ਜੀ, ਉਹ ਲੈਕਚਰ ਇਹ ਆ, ਇਜ਼ ਲਾਈਕ ਏ ਸਮਿਥ ਜੀ। ਅਮਰੀਕਾ ਦੇ ਵਿੱਚ ਸਮਿਥ ਹੈ ਨਾ ਜਿਹੜਾ, ਇਹ ਮਿਡਲ ਨੇਮ ਆ ਇਹਨਾਂ ਦਾ, ਮੈਂ ਲਾਸਟ ਨੇਮ ਹੈ ਇਹਨਾਂ ਦਾ, ਲਾਸਟ ਨੇਮ ਆ। ਮੈਂ ਐਗਜ਼ਾਮਪਲ ਇਹ ਦਿੱਤੀ ਵੀ ਇਟ ਇਜ਼ ਜਸਟ ਸਿੰਘ ਇਜ਼ ਜਸਟ ਲਾਈਕ ਏ ਸਮਿਥ, ਸਿੰਘ ਇਜ਼ ਏ ਸੈਕਿੰਡ ਨੇਮ ਐਂਡ ਲਾਸਟ ਨੇਮ ਔਫ ਸਿੱਖ, ਬਿਕੋਜ਼ ਦੀ ਗੁਰੂ ਵਾਂਟਡ ਟੂ ਐਲੀਮੀਨੇਟ ਕਾਸਟ ਸਿਸਟਮ। ਹੁਣ ਕਾਸਟ ਪਤਾ ਲੱਗ ਜਾਂਦਾ, ਲਾਸਟ ਨੇਮ ਲਿਖੋ ਨਾ ਤੁਸੀਂ ਤਾਂ ਕਾਸਟ ਪਤਾ ਲੱਗ ਜਾਂਦਾ। ਅਤੇ ਮੈਂ ਕਿ ਗੁਰੂ ਨੇ ਆਖਿਆ ਵੀ ਨਹੀਂ, ਸਿੰਘ ਤੱਕ ਹੀ, ਇਹ ਜਿਹੜਾ ਸਿੰਘ ਹੈ ਇਹ ਗੁਰੂ ਦੀ ਦੇਣ ਹੈ, ਕਿਸੇ ਨੇ ਸਾਨੂੰ ਹੋਰ ਕਿਸੇ ਨੇ ਨਹੀਂ ਦਿੱਤਾ ਹੈਗਾ। ਇਹ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਿੰਘ ਦਿੱਤਾ, ਸਿੱਖ ਦਿੱਤਾ ਗੁਰੂ ਨਾਨਕ ਤੋਂ, ਲੇਕਿਨ ਜਿਹੜਾ ਸਿੰਘ ਹੈ ਉਹ ਗੁਰੂ ਗੋਬਿੰਦ ਸਿੰਘ ਨੇ ਦਿੱਤਾ, ਇਸ ਕਰਕੇ ਅਸੀਂ ਸਿੰਘ ਲਿਖਦੇ। ਤੁਸੀਂ ਵੀ ਨਾਲ, ਮੈਂ ਨਹੀਂ ਦੇਖਿਆ ਕਦੇ ਲਾਉਂਦੇ ਕੋਈ ਪਿੱਛੇ ਕਾਸਟ ਜਾਂ ਕੁਛ? ਨਹੀਂ ਇਸੇ ਉਹੀ ਤੁਹਾਨੂੰ ਮੈਂ ਰਸ਼ੀਆ ਦੇ ਵਿੱਚ ਤੁਸੀਂ ਦੱਸਦੇ ਸੀ ਇੱਕ ਵੀ ਕੋਈ ਰਸ਼ੀਆ ਤੁਸੀਂ ਗਏ ਸੀ, ਉੱਥੇ ਮਿਊਜ਼ੀਅਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਲੱਗੀ ਹੋਈ ਤਸਵੀਰ। ਉੱਥੇ ਸਾਨੂੰ 15 ਦਿਨ ਸਾਨੂੰ ਨਾ ਲੈ ਕੇ ਜਾਂਦੇ ਸੀ ਲੈਕਚਰਾਂ ਤੋਂ ਬਾਅਦ, ਉਹ ਮਿਊਜ਼ੀਅਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਕੋਈ 25x25 ਫੁੱਟ ਕਮਾਲ ਦੀ ਫੋਟੋ ਜੀ। ਹੁਣ ਗਾਈਡ ਸੀ, 32 ਬੰਦੇ ਹੋਰ ਸੀ ਜਿਹੜੇ ਨਾਲ, ਅਤੇ ਮੈਂ ਇਹਨੂੰ ਪੁੱਛਿਆ ਵੀ ਇਹ ਕੌਣ ਆ? ਕਹਿੰਦੇ ਗੁਰੂ ਗੋਬਿੰਦ ਸਿੰਘ। ਅਤੇ ਮੈਂ ਕਿਹਾ ਵੀ ਇਹ ਫੋਟੋ ਇੱਥੇ ਕਿਸ ਤਰ੍ਹਾਂ ਲੱਗੀ? ਕਹਿੰਦੇ ਸਾਡੇ ਗੁਰੂ ਆ। ਅੱਛਾ ਜੀ। ਮੈਂ ਕਿਹਾ ਕਿਸ ਤਰ੍ਹਾਂ? ਕਹਿੰਦੇ ਗੁਰੂ ਗੋਬਿੰਦ ਸਿੰਘ ਇਜ਼ ਦੀ ਓਨਲੀ ਪ੍ਰੋਫਿਟ ਔਨ ਦਿਸ ਪਲੈਨਟ ਹੂ ਫਿਨਿਸ਼ਡ ਕਾਸਟ ਸਿਸਟਮ। ਸਾਨੂੰ ਇਹ ਪਤਾ ਨਹੀਂ, ਰਸ਼ੀਆ ਵਾਲੇ ਨੇ ਚੀਜ਼ ਪਤਾ ਨਹੀਂ ਇੱਥੇ ਜੀ, ਕਿਉਂ ਕਮਿਊਨਿਸਟ ਦੇ ਵਿੱਚ ਦੇਰ ਇਜ਼ ਨੋ ਕਾਸਟ। ਹਾਂਜੀ, ਉਹ ਇਸ ਕਰਕੇ ਕਹਿੰਦਾ ਦਿਸ ਇਜ਼ ਅਵਰ ਗੁਰੂ।
ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਠੀਕ ਹੈ, ਇਹ ਤਾਂ ਮੰਨ ਲਿਆ ਵੀ ਕਾਸਟ ਸਿਸਟਮ ਗੁਰੂ ਗੋਬਿੰਦ ਸਿੰਘ ਨੇ ਖਤਮ ਕੀਤੀ ਹੈ, ਤੁਸੀਂ ਮੰਨ ਰਹੇ ਹੋ, ਇਸ ਦਾ ਮਤਲਬ ਇਹ ਹੋਇਆ ਕਿ ਦੁਨੀਆਂ ਦੇ ਵਿੱਚ ਜਿਹੜਾ ਵੀ ਕਮਿਊਨਿਸਟ ਹੈ ਨਾ, ਜਿੱਥੇ ਵੀ ਰਹਿੰਦਾ, ਉਹਦਾ ਗੁਰੂ ਕੌਣ ਹੈ? ਗੁਰੂ ਗੋਬਿੰਦ ਸਿੰਘ। ਕਿਆ ਬਾਤ ਹੈ, ਕਿਆ ਬਾਤ, ਬਹੁਤ ਵਧੀਆ ਡਾਕਟਰ ਸਾਹਿਬ, ਬਹੁਤ ਹੀ ਜਾਣਕਾਰੀ ਵਾਲੀਆਂ ਗੱਲਾਂ ਚੱਲ ਰਹੀਆਂ ਨੇ, ਪਰ ਇੱਕ ਬ੍ਰੇਕ ਸਾਨੂੰ ਲੈਣੀ ਪੈਣੀ ਹੋਰ, ਅਤੇ ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਜਾਰੀ ਰੱਖਾਂਗੇ ਜੀ, ਕਿੱਡੀਆਂ ਕਿੱਡੀਆਂ ਗੱਲਾਂ ਨੇ ਜਿਹੜੀਆਂ ਕਿ ਜਿਨ੍ਹਾਂ ਤੋਂ ਅਸੀਂ ਜਿਨ੍ਹਾਂ ਨੂੰ ਅੱਖੋਂ ਓਹਲੇ ਕਰੀ ਜਾਂਦੇ ਨੇ, ਪਰ ਦੁਨੀਆਂ ਦੇ ਵਿੱਚ ਉਹ ਚੀਜ਼ ਸਾਡੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਨੇ ਉਹ ਦੁਨੀਆਂ ਨੂੰ ਪਤਾ ਹੈ। ਹੋਰ ਵੀ ਗੱਲਾਂ ਪਤਾ ਕਰਾਂਗੇ ਡਾਕਟਰ ਸਾਹਿਬ ਦੇ ਨਾਲ, ਫਿਲਹਾਲ ਬ੍ਰੇਕ ਲੈਂਦੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਬਹੁਤ ਬਹੁਤ ਸਵਾਗਤ ਹੈ ਜੀ ਡਾਕਟਰ ਪਿਆਰਾ ਸਿੰਘ ਜੀ, ਉਹਨਾਂ ਨਾਲ ਗੱਲਬਾਤ ਚੱਲ ਰਹੀ ਬਹੁਤ ਵਧੀਆ, ਬਹੁਤ ਸਾਰਥਕ ਗੱਲਬਾਤ ਚੱਲ ਰਹੀ ਹੈ। ਨਾਲ ਉਹਨਾਂ ਦੇ ਹੁਣ ਸਾਡੇ ਨਾਲ ਜੁੜੇ ਨੇ ਡਾਕਟਰ ਅਮਰ ਸਿੰਘ ਅਤੇ ਇੱਧਰ ਡਾਕਟਰ ਨਰਿੰਦਰਪਾਲ ਸਿੰਘ, ਸਾਰੇ ਇੱਕ ਇਕੱਠੀ ਟੀਮ ਕਹਿ ਲਓ, ਚਾਹੇ ਇਕੱਠਾ ਸਰਕਲ ਕਹਿ ਲਓ, ਚੰਗੇ ਕੰਮਾਂ ਵਾਸਤੇ ਸਾਰੇ ਤਤਪਰ ਰਹਿੰਦੇ ਨੇ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਗੱਲ ਬ੍ਰੇਕ ਤੋਂ ਪਹਿਲਾਂ ਚੱਲਦੀ ਸੀਗੀ ਡਾਕਟਰ ਪਿਆਰਾ ਸਿੰਘ ਜੀ ਨਾਲ ਕਿ ਸਿੰਘ ਨਾਮ ਜਿਹੜਾ ਹੈ ਉਹ ਸਾਡੇ ਅਕਸਰ ਜਿਹੜੇ ਹੁਣ ਅਸੀਂ ਗਾਹਾਂ ਨਿਆਣਿਆਂ ਦੇ ਨਾਂ ਰੱਖਦੇ ਹਾਂ ਉਹਨਾਂ ਵਿੱਚੋਂ ਗਾਇਬ ਹੁੰਦਾ ਜਾ ਰਿਹਾ, ਉਹਦਾ ਕੀ ਕਾਰਨ ਅਤੇ ਕੀ ਹੱਲ? ਇਹਦਾ ਕਾਰਨ ਹੈ ਜੀ ਵੀ ਇਹ ਜਿਹੜੇ ਪੇਰੈਂਟਸ ਨੇ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸੀਗਾ ਵੀ ਉਹ ਇਸ ਚੀਜ਼ ਨੂੰ ਗਾਈਡ ਨਹੀਂ ਕਰਦੇ, ਅਤੇ ਦੂਸਰਾ ਹੈਗਾ ਵੀ ਉਹਨਾਂ ਦੀ ਜਿਹੜੀ ਭਾਵਨਾਵਾਂ ਨੇ ਉਹ ਫੋਲੋ ਨਹੀਂ ਕਰਦੇ ਜਿਹੜੇ ਲੋਕ ਨੇ। ਜਿਵੇਂ ਜਦੋਂ ਮੈਂ ਇੱਥੇ ਟ੍ਰੇਨਿੰਗ ਕਰਦਾ ਸੀ, ਸਾਡੇ ਹਰ ਸਾਲ ਸਰਟੀਫਿਕੇਟਸ ਆਉਂਦੇ ਨੇ, ਅਤੇ ਇੰਟਰਨਲ ਮੈਡੀਸਨ ਦੇ, ਫਿਰ ਫੈਲੋਸ਼ਿਪ ਦੇ, ਫਿਰ ਸਪੈਸ਼ਲਾਈਜੇਸ਼ਨ ਦੇ, ਉਹ ਕਹਿੰਦੇ ਸੀ ਉਹ ਯੋਰ ਨੇਮ ਇਜ਼ ਅੰਮ੍ਰਿਤ ਐਸ ਸੇਖੋਂ। ਮੈਂ ਕਿਹਾ ਨੋ ਨੋ, ਮਾਈ ਨੇਮ ਇਜ਼ ਅੰਮ੍ਰਿਤ ਸਿੰਘ ਸੇਖੋਂ। ਅਤੇ ਮੈਨੂੰ ਇਹ ਪਤਾ ਸੀ ਵੀ ਮੈਂ ਯੂਜੁਅਲੀ ਫਾਈਨਲੀ ਸਿੰਘ ਜ਼ਰੂਰ ਯੂਜ਼ ਕਰਨਾ। ਸੋ ਫਿਰ ਜਦੋਂ ਮੈਂ 1977 ਦੇ ਵਿੱਚ ਪ੍ਰੈਕਟਿਸ ਖਤਮ ਕੀਤੀ ਤਾਂ ਮੈਨੂੰ ਇਹ ਪਤਾ ਸੀ ਵੀ ਮੈਂ ਅੰਮ੍ਰਿਤ ਛਕਣਾ ਜੀ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੋਇਆ ਵੀ ਤੁਸੀਂ ਲਾਸਟ ਨਾਂ ਨਹੀਂ ਯੂਜ਼ ਕਰਨਾ ਫਿਰ ਅੰਮ੍ਰਿਤ ਛੱਕ ਕੇ। ਅਤੇ ਜਦੋਂ ਮੈਂ ਪ੍ਰੈਕਟਿਸ ਸ਼ੁਰੂ ਕੀਤੀ 1977 ਦੇ ਵਿੱਚ, ਵਨ ਡੇ ਆਈ ਵਾਜ਼ ਡਾਕਟਰ ਸੇਖੋਂ ਐਂਡ ਨੈਕਸਟ ਡੇ ਆਈ ਐਮ ਡਾਕਟਰ ਸਿੰਘ। ਉਹ ਸਾਰੇ ਹਸਪਤਾਲ ਵਾਲੇ ਕਹਿੰਦੇ ਤੇਰੇ ਨਾਂ ਨੂੰ ਕੀ ਹੋ ਗਿਆ? ਮੈਂ ਮੇਰੇ ਨਾਂ ਨੂੰ ਬਸ ਹੁਣ ਠੀਕ ਹੋ ਗਿਆ ਮੇਰਾ ਨਾਮ ਗਿਆ। ਅੱਛਾ ਡਾਕਟਰ ਸਾਹਿਬ, ਉਹਨਾਂ ਨਾਲ ਕਿਵੇਂ ਵਾਹ ਵਾਸਤਾ ਪਿਆ ਜੀ ਡਾਕਟਰ ਪਿਆਰਾ ਸਿੰਘ ਜੀ ਉਹਨਾਂ ਨਾਲ? ਅਸੀਂ ਜਦੋਂ ਇੱਥੇ ਟ੍ਰੇਨਿੰਗ ਕਰਦੇ ਸੀ, ਮੈਂ ਇੱਥੇ 72 'ਚ ਆ ਗਿਆ ਸੀ ਲੋਸ ਏਂਜਲਸ ਦੇ ਵਿੱਚ, ਅਤੇ ਇਹ ਫਿਰ 74 'ਚ ਆਏ ਨੇ ਇੱਥੇ ਸ਼ਿਕਾਗੋ ਤੋਂ। ਅਤੇ ਮੇਰਾ ਇੱਕ ਦੋਸਤ ਸੀਗਾ, ਸੋ ਉਹਨੂੰ ਅਸੀਂ ਇੱਥੇ ਮਿਲਣ ਆਏ, ਅਪਾਰਟਮੈਂਟ 'ਚ ਰਹਿੰਦੇ ਹੁੰਦੇ ਸੀ ਇੱਥੇ ਡਾਊਨੀ ਦੇ ਵਿੱਚ, ਅਤੇ ਅਸੀਂ ਟੈਨਿਸ ਖੇਲ ਕੇ ਆਏ ਅਤੇ ਇਹ ਵੀ ਬਾਹਰੋਂ ਕੋਈ ਐਕਸਰਸਾਈਜ਼ ਕਰਕੇ ਆਏ, ਅਤੇ ਮੈਂ ਕਿਹਾ ਵੀ ਇਹ ਇੰਡੀਅਨ ਲੱਗਦੇ ਨੇ, ਅਤੇ ਫਿਰ ਸਾਡੀ ਉਦੋਂ ਤੋਂ ਜਾਣ ਪਛਾਣ ਹੋਈ 1974 ਤੋਂ ਜੀ। ਫਿਰ ਤੁਸੀਂ ਤਕਰੀਬਨ ਇਕੱਠੇ ਹੀ ਕਾਫੀ ਜਿਹੜੇ ਜਿਹੜੇ ਫਿਰ ਅਸੀਂ ਬਰਮੌਂਡ ਗੁਰਦੁਆਰੇ ਇਕੱਠੇ ਜਾਂਦੇ ਸੀ, ਸੇਵਾ ਦਾ ਕੰਮ ਹੁੰਦਾ ਉਹ ਫਿਰ ਸਾਰੇ। ਹਾਂਜੀ, ਇਹਨਾਂ ਨੇ ਫਿਰ ਬਰਮੌਂਡ ਗੁਰਦੁਆਰੇ ਬਹੁਤ ਜ਼ਿਆਦਾ ਸੇਵਾ ਕੀਤੀ ਹੈ। ਡਾਕਟਰ ਸਾਹਿਬ ਦਾ ਸੁਭਾਅ ਕਿਵੇਂ ਲੱਗਦਾ? ਮੈਨੂੰ ਲੱਗਦਾ ਨਹੀਂ ਕਦੇ ਗੁੱਸਾ ਗੱਸਾ ਆਉਂਦਾ ਹੋਣਾ ਜੀ ਡਾਕਟਰ ਸਾਹਿਬ ਨੂੰ। ਹਾਂਜੀ, ਦੇਖੋ ਉਹ ਤਾਂ ਚਲੋ ਠੀਕ ਹੈ, ਨਹੀਂ ਪਤਾ ਲੱਗਦਾ, ਪਰ ਜ਼ਿਆਦਾ ਚੀਜ਼ ਇਹ ਹੈ ਵੀ ਕੌਮ ਦੀ ਸੇਵਾ ਲਈ ਤਤਪਰ ਇਹ ਜ਼ਿਆਦਾ ਹੈ। ਠੀਕ ਹੈ ਜੀ, ਅਤੇ ਚਲੋ ਬਾਕੀ ਇੱਥੇ ਆ ਬੜਾ ਵਧੀਆ ਹੋਇਆ ਜੀ ਜਿਹੜਾ ਆਪਣਾ ਸਿੱਖ ਫਲੋਰ ਦੀ ਵੀ ਗੱਲ ਹੋਈ ਹੈ। ਹਾਂਜੀ, ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਦਿਸ ਇਜ਼ ਮਦਰ ਆਫ ਐਡਵਰਟਾਈਜ਼ਮੈਂਟ ਆਫ ਆਲ ਦੀ ਐਡਵਰਟਾਈਜ਼ਮੈਂਟ ਜੀ। ਬਿਲਕੁਲ, ਸਾਡੀ ਪਛਾਣ ਦੀ ਜੇ ਗੱਲ ਕਰੀਏ। ਹਾਂਜੀ ਹਾਂ, ਸੋ ਇਹ ਆਪਾਂ ਨੂੰ ਬੇਨਤੀ ਕਰਦੇ ਹਾਂ ਸਾਰੇ ਲੋਕਾਂ ਨੂੰ, ਸਾਰਿਆਂ ਨੂੰ, ਅਤੇ ਮੈਂ ਉਹਨਾਂ ਨੂੰ ਕੱਲ੍ਹ ਵੀ ਕਿਹਾ ਸੀਗਾ ਵੀ ਕੋਈ ਨਾ ਤੁਹਾਡੇ ਨਾਲ ਕੋਆਪਰੇਟ ਕਰਾਂਗੇ, ਬਾਹਰੋਂ ਵੀ ਬੰਦੇ ਲੈ ਕੇ ਆਵਾਂਗੇ, ਸਪੋਰਟ ਕਰਾਂਗੇ। ਇੱਕ ਡਾਕਟਰ ਸਾਹਿਬ ਸਵਾਲ ਸਾਂਝਾ ਤੁਹਾਡੇ ਵਾਸਤੇ ਵੀ ਹੈਗਾ, ਤੁਸੀਂ ਮਾਈਕ ਲੈ ਕੇ ਵੀ ਦੋਨੋਂ ਜਵਾਬ ਦੇ ਸਕਦੇ ਹੋ ਕਿ ਇਹਦੇ ਤੁਸੀਂ ਪਹਿਲਾਂ ਦੱਸ ਦਿਓ, ਇਹ ਆਪਣਾ ਜਿੱਦਾਂ ਅਸੀਂ ਕਰ ਰਹੇ, ਤੁਸੀਂ ਹੁਣ ਕਰ ਰਹੇ ਹੋ ਜਿਵੇਂ ਡਾਕਟਰ ਸਾਹਿਬ ਦੱਸਿਆ, ਪਹਿਲਾਂ ਪਲੱਸ ਟੂ ਸਕੂਲ ਕੀਤਾ, ਹੋਸਪਿਟਲ ਬਣਾਇਆ ਪਿੰਡ ਸਾਰਾ, ਇੱਥੇ ਵੀ ਤੁਸੀਂ ਜਿਵੇਂ ਯੂਨੀਵਰਸਿਟੀ ਦੀ ਗੱਲ, ਐਜੂਕੇਸ਼ਨ ਦੀ ਗੱਲ ਹੈ ਜਾਂ ਇਹ ਸਿੱਖਾਂ ਦੀ ਪਛਾਣ ਦੀ ਫਰੋਡ ਦੀ ਗੱਲ ਹੈ, ਤੁਸੀਂ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਹੋ। ਬਾਕੀ ਅਗਰ ਅਸੀਂ ਗੱਲ ਕਰੀਏ ਗੁਰੂ ਘਰਾਂ ਦੇ ਵਿੱਚ ਅਸੀਂ ਜਾਂਦੇ ਹਾਂ ਜਾਂ ਗੁਰਦੁਆਰਾ 'ਚ ਜੋ ਹੁੰਦਾ ਬਹੁਤ ਵਧੀਆ ਹੁੰਦਾ, ਨਗਰ ਕੀਰਤਨ ਹੁੰਦੇ ਨੇ, ਕੀਰਤਨ ਹੁੰਦੇ ਨੇ, ਬਹੁਤ ਵਧੀਆ ਹੁੰਦਾ, ਪਰ ਉੱਥੇ ਅਸੀਂ ਹੀ ਜਾਂਦੇ ਹਾਂ, ਅਸੀਂ ਹੀ ਪਕਾਉਂਦੇ ਹਾਂ, ਅਸੀਂ ਹੀ ਖਾਂਦੇ ਹਾਂ, ਅਸੀਂ ਹੀ ਇੱਕ ਦੂਜੇ ਨੂੰ ਉਪਦੇਸ਼ ਦੇ ਕੇ ਵਾਪਸ ਆ ਜਾਂਦੇ ਹਾਂ। ਅਤੇ ਕੀ ਜਿਹੜਾ ਹੁਣ ਬਾਕੀ ਲੋਕਾਂ ਨੂੰ ਵੀ ਜਿਹੜੇ ਜਿਹੜੇ ਕੋਈ ਅਫੋਰਡ ਕਰ ਸਕਦੇ ਆ ਉਹਨਾਂ ਨੂੰ ਇਹ ਚੀਜ਼ ਥੋੜ੍ਹਾ ਮੂੰਹ ਮੋੜਨ ਦੀ ਲੋੜ ਨਹੀਂ, ਟਰਨ ਹੋਣ ਦੀ ਲੋੜ ਨਹੀਂ, ਐਜੂਕੇਸ਼ਨ ਵੱਲ ਜਾਂ ਹੈਲਥ ਵੱਲ ਜਾਂ ਇਸ ਤਰ੍ਹਾਂ ਦੇ ਜਿਵੇਂ ਫਰੋਡ ਦੀ ਤੁਸੀਂ ਸਾਰਾ ਸਪੋਂਸਰ ਕੀਤਾ, ਇਸ ਤਰ੍ਹਾਂ ਦਾ ਕਰਨ ਦੀ ਲੋੜ ਨਹੀਂ, ਤੁਸੀਂ ਦੱਸੋ। ਮੈਂ ਬਹੁਤ ਜ਼ਿਆਦਾ ਇੰਟਰਸਟਿਡ ਹੈਗਾ ਬਈ, ਹੁਣ ਜਿਵੇਂ ਤੁਸੀਂ ਕਿਹਾ ਹੈਗਾ ਗੁਰਦੁਆਰੇ ਚਲੇ ਜਾਓ ਜਾਂ ਕੋਈ ਫੰਕਸ਼ਨ ਕਰ ਲਓ, ਆਪ ਹੀ ਨਿਊਜ਼ ਕਰ ਦਿਓ ਅਤੇ ਪੰਜਾਬੀ ਅਖਬਾਰਾਂ 'ਚ ਆ ਕੇ ਆਪ ਹੀ ਪੜ੍ਹ ਲਓ, ਸੋ ਸਾਨੂੰ ਬਾਹਰ ਕੋਈ ਨਹੀਂ ਹੁੰਦਾ। ਸੋ ਮੈਂ 1978 ਦੇ ਵਿੱਚ ਜਦੋਂ ਇੱਥੇ ਅਮੈਰੀਕਾ ਹੋਸਟੇਜ ਕ੍ਰਾਈਸਿਸ ਹੋਇਆ, ਉਦੋਂ ਸਾਨੂੰ ਟੈਰਰਿਸਟ ਕਹਿੰਦੇ ਸੀ, ਇਰਾਨੀਅਨ ਟੈਰਰਿਸਟ, ਕਿਉਂਕਿ ਕਈਆਂ ਦੇ ਕਾਲੀ ਪੱਗ ਬੰਨੀ ਹੁੰਦੀ ਸੀ, ਉਹ ਕਹਿੰਦੇ ਇਹ ਆਇਓਤੋਲਾ ਨੇ, ਉਦੋਂ ਇਹ ਸਾਨੂੰ ਆਇਓਤੋਲਾ ਕਹਿੰਦੇ ਸੀ। ਫਿਰ ਮੈਂ 1 ਘੰਟਾ NBC 'ਤੇ ਇੰਟਰਵਿਊ ਕੀਤੀ ਔਰ ਉਹਨਾਂ ਨੂੰ ਦੱਸਿਆ ਜਾ ਕੇ, ਅਤੇ ਫਿਰ ਜਦੋਂ 200 ਸੈਂਟੀਨੀਅਰ
ਬਰਥਡੇ ਆਫ ਲੋਸ ਐਂਜਲਸ, ਉਦੋਂ ਮੈਂ ਇੰਡੀਆ ਨੂੰ ਰਿਪ੍ਰੈਜ਼ੈਂਟ ਕੀਤਾ ਅਤੇ ਨਾਲੇ ਉੱਥੇ ਜਾ ਕੇ ਸਾਰਾ ਗੁਰੂ ਗੋਬਿੰਦ ਸਿੰਘ ਜੀ ਦੀ ਪਿਕਚਰ ਲੈ ਕੇ ਟੀਵੀ ਦੇ ਉੱਤੇ ਐਨ ਬੀ ਸੀ 'ਤੇ ਅਤੇ ਪੰਜ ਪਿਆਰਿਆਂ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਕੁਛ ਦੱਸਿਆ ਉਹ ਅਤੇ ਇਸ ਤਰ੍ਹਾਂ ਦੇ ਨਾਲ ਜਾਣੀ ਵੀ ਵਾਂਟਡ ਟੂ ਵੀ ਆਰ ਵੈਰੀ ਮੱਚ ਇੰਟਰਸਟਿਡ ਇਨ ਦਾ ਮੀਡੀਆ ਜਿਹੜਾ ਵੀ ਜਿਹੜਾ ਮੇਨ ਸਟ੍ਰੀਮ ਮੀਡੀਆ ਹੈਗਾ ਜੀ। ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਮਾਈਕ ਲੈ ਕੇ ਦੱਸੋ ਜ਼ਰੂਰ ਇਹ ਚੀਜ਼ ਤੁਸੀਂ ਤਾਂ ਕਰ ਹੀ ਰਹੇ ਹੋ, ਖੈਰ ਬਹੁਤ ਵਧੀਆ ਕਰ ਰਹੇ ਹੋ ਸ਼ੁਰੂ ਤੋਂ ਹੀ ਐਜੂਕੇਸ਼ਨ ਵੱਲ ਅਤੇ ਹੈਲਥ ਵੱਲ, ਜਿਹੜਾ ਜਿੰਨਾ ਤੁਸੀਂ ਸੇਵਾ ਭਾਵਨਾ ਕਰਨੀ ਚਾਹੁੰਦੇ ਹੋ ਗੁਰੂ ਘਰ ਦੇ ਨਾਲ ਨਾਲ ਹੈਲਥ ਔਰ ਐਜੂਕੇਸ਼ਨ ਵੱਲ ਧਿਆਨ ਦਿੱਤਾ। ਬਾਕੀ ਜਿਹੜੀ ਸਾਡੇ ਕੋਈ ਸੰਗਤ ਬੈਠੀ ਪੂਰੀ ਦੁਨੀਆ ਦੇ ਵਿੱਚ ਬੈਠੇ ਨੇ ਪੰਜਾਬੀ ਜਿਹਨਾਂ ਕੋਲ ਪੈਸੇ ਦੀ ਕਮੀ ਨਹੀਂ, ਪਰ ਜਿਵੇਂ ਤੁਹਾਡਾ ਦਿਲ ਹੈਗਾ, ਦਿਲ ਉਸ ਤਰ੍ਹਾਂ ਦਾ ਨਹੀਂ ਹੈ, ਕੁਝ ਜ਼ਰੂਰ ਸੁਨੇਹਾ ਦਿਓ। ਦੇਖੋ ਜੀ, ਸਾਰੀ ਕੌਮ ਨੂੰ, ਸਿੱਖ ਜਗਤ ਨੂੰ, ਗੁਰੂ ਨਾਨਕ ਲੇਵਾ ਸੰਗਤ ਨੂੰ ਬੇਨਤੀ ਇਹ ਹੈ ਕਿ ਤੁਸੀਂ ਦੁਨੀਆ ਦੇ ਵਿੱਚ ਜਿੱਥੇ ਵੀ ਮਰਜ਼ੀ ਚਲੇ ਜਾਓ, ਜੇ ਤੁਸੀਂ ਕਲੀਨ ਸ਼ੇਵਨ ਹੋ ਜਾਣਾ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਜੀ। ਪੱਗ ਤੁਹਾਡੇ ਰੱਖੀ ਹੈ ਉਹ ਪਾਉਣਗੇ, ਉਹ ਸਰਦਾਰ ਜਾ ਰਿਹਾ ਜੀ। ਸਾਡੀ ਪਹਿਚਾਣ ਜਿੱਥੇ ਵੀ ਦੁਨੀਆ ਦੇ ਕਿਸੇ ਕੋਨੇ 'ਚ ਵੀ ਚਲੀ ਜਾਓ ਸਾਡੇ ਟਰਬਨ ਦੇ ਨਾਲ ਹੈ ਜੀ। ਇੱਕ ਇਹ ਲੰਡਨ ਦੇ ਵਿੱਚ ਸਰਦਾਰ ਆਇਆ ਜੀ ਅਤੇ ਉਹ ਟਰਬਨ ਨਹੀਂ ਸੀ ਰੱਖੀ ਹੋਈ, ਉਹ ਇੱਕ ਲੈਕਚਰ ਉਹਦੇ ਸੁਣਦਾ ਰਿਹਾ ਜੀ। ਉਹ ਅਖੀਰ 'ਤੇ ਕਹਿੰਦਾ ਮੈਂ ਸਿੱਖ ਹੈ। ਅੱਛਾ ਜੀ। ਉਹਨੂੰ ਕੁਐਸਚਨ ਕਰਦਾ ਵੀ ਤੂੰ ਕਿਸ ਤਰ੍ਹਾਂ ਸਿੱਖ ਹੋ ਗਿਆ ਬਈ, ਤੇਰੇ ਤਾਂ ਟਰਬਨ ਨਹੀਂ ਹੈ। ਸੋ ਜਿਹੜੀ ਟਰਬਨ ਹੈ ਇਹ ਗੁਰੂ ਨੇ ਸਾਡਾ ਇੱਕ ਕਿਸਮ ਦਾ ਕਰਾਊਨ ਹੈ ਇਹ ਜੀ। ਸਾਨੂੰ ਜਿਹੜਾ ਵੀ ਕੋਈ ਪੁੱਛਦਾ ਨਾ ਅਮੈਰੀਕਨ ਵਗੈਰਾ ਜਿਹੜਾ ਮੈਂ, ਕਿਉਂਕਿ ਮੈਂ ਜਾਂਦਾ ਰਿਹਾ ਨੇਵੀ ਦੇ ਵਿੱਚ, ਸਾਡੇ ਲੈਕਚਰ ਵਗੈਰਾ ਹੁਣ ਵੀ ਨੇਵੀ 'ਚ ਜਾਂਦਾ ਆਪਣੇ ਦੂਸਰੇ ਪੈਸਾ ਡੇਨਾ ਵਗੈਰਾ, ਉੱਥੇ ਪੁੱਛਦੇ ਨੇ। ਲੇਕਿਨ ਇਹ ਕਰਾਊਨ ਦੇ ਨਾਲ ਤੁਹਾਡੀ ਇੱਜ਼ਤ ਹੈ, ਤੁਹਾਡੀ ਪਹਿਚਾਣ ਆ, ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਸਿੱਖ ਧਰਮ ਹੈ, ਨਹੀਂ ਤਾਂ ਸਿੱਖ ਧਰਮ ਤਾਂ ਗਾਇਬ ਹੋ ਗਿਆ। ਜੇ ਤੁਸੀਂ ਪੱਗ ਨਹੀਂ ਬੰਨੀ ਤਾਂ ਤੁਸੀਂ ਤਾਂ ਸਾਰੇ ਹਿੰਦੂ ਕ੍ਰਿਸਚਨ ਜਾਂ ਸਾਰੇ ਜਿਹੜੇ ਆ ਕਲੀਨਸ਼ਿਪ ਜਿਹੜੇ ਨਹੀਂ ਰੱਖਦੇ ਪੱਗ, ਉਹਨਾਂ ਦੇ ਨਾਲ ਮਿਕਸ ਹੋ ਗਏ, ਤੁਹਾਨੂੰ ਕੋਈ ਨਹੀਂ ਪੁੱਛੇਗਾ ਜੀ। ਪੱਗ ਦੇ ਨਾਲ ਹੀ ਤੁਹਾਡੀ ਇਹ ਸਰਦਾਰੀ ਹੈ, ਇਸ ਨੂੰ ਕਾਇਮ ਰੱਖੋ ਔਰ ਇਹ ਆਪਣੇ ਬੱਚਿਆਂ ਨੂੰ ਵੀ ਦੱਸੋ ਵੀ ਇਹ ਸਾਡੀ ਗੁਰੂ ਦੀ ਦਿੱਤੀ ਹੋਈ ਬਖਸ਼ਿਸ਼ ਹੈ, ਇਹ ਬਖਸ਼ਿਸ਼ ਦੇ ਨਾਲ ਮਿਲੀ ਹੈ ਤੁਹਾਨੂੰ ਇਹ, ਕੋਈ ਸਾਨੂੰ ਇਹ ਕਿਸੇ ਨੇ ਹੋਰ ਨਹੀਂ ਕਿਸੇ ਨੇ ਦਿੱਤੀ, ਗੁਰੂ ਨੇ ਦਿੱਤੀ ਹੈ। ਅਸੀਂ ਇੱਥੇ ਗੁਰਦੁਆਰਿਆਂ ਦੇ ਵਿੱਚ ਸਾਡੇ ਗੁਆਂਢੀ ਗੁਰਦੁਆਰਾ ਬਰਮਾਉਂਟ ਆ ਜਿਹੜਾ, ਅਤੇ ਮੈਂ ਉੱਥੇ 12 ਸਾਲ ਪ੍ਰੈਜ਼ੀਡੈਂਟ ਅਤੇ ਚੇਅਰਮੈਨ ਰਿਹਾ ਹੈਗਾ, ਅਤੇ ਮੈਂ ਜਦੋਂ ਉੱਥੇ ਸਾਨੂੰ ਜੀ ਕੋਰਟ 'ਚ ਲੈ ਗਏ ਗੁਆਂਢੀ, ਗੁਆਂਢੀ ਕੋਰਟ 'ਚ ਲੈ ਗਏ, ਕਹੇ ਜੀ ਇਹ ਤਾਂ 3 ਵਜੇ ਸਾਨੂੰ ਸੌਣ ਨਹੀਂ ਦਿੰਦੇ, 3 ਵਜੇ ਜਗਾ ਦਿੰਦੇ ਨੇ। ਅਤੇ ਫਿਰ ਅਤੇ ਮੈਂ ਪ੍ਰੈਜ਼ੀਡੈਂਟ ਬੀਇੰਗ ਮੈਂ ਜਾਣਾ ਪੈਣਾ ਸੀ, ਮੇਅਰ ਕਹਿੰਦਾ, ਮੇਅਰ ਅਤੇ ਕੌਂਸਲ ਸੀ ਕਹਿੰਦੇ ਵੀ ਡਾਕਟਰ ਸਿੰਘ ਪਹਿਲਾਂ ਤਾਂ 300-400 ਬੰਦਾ ਹੋ ਕੰਪਲੇਂਟ ਕਰਨ ਵਾਲਾ ਅਤੇ ਮੈਂ ਇਕੱਲਾ। ਉਹ ਮੇਅਰ ਕਹਿੰਦਾ ਵੀ ਜਦੋਂ 10 ਬਟੇ ਵੀ ਤੂੰ ਕਿਸ ਤਰ੍ਹਾਂ ਤੂੰ ਯੂ ਰਿਸਪੋਂਸ ਇਹਨਾਂ ਦਾ, ਇਹ ਕਹਿੰਦਾ ਵੀ ਸਾਨੂੰ ਸੌਣ ਨਹੀਂ ਦਿੰਦੇ 3:30 ਵਜੇ। ਅਤੇ ਮੈਂ ਕਿਹਾ ਜੀ ਗੱਲ ਸੁਣੋ, ਗੁਰਦੁਆਰਾ ਸ਼ੁਰੂ ਹੋਇਆ ਸੀ 1969 ਦੇ ਵਿੱਚ ਅਤੇ ਮੈਂ ਪ੍ਰੈਜ਼ੀਡੈਂਟ ਬਣਿਆ ਹੈਗਾ 1978 ਦੇ ਵਿੱਚ, ਇਹਨੇ ਉਦੋਂ ਇਹਨਾਂ ਨੇ ਕੰਪਲੇਂਟ ਕਰਨੀ ਸੀ, ਹੋ ਸਕਦਾ ਗੁਰਦੁਆਰਾ ਨਾ ਬਣਦਾ ਜੀ। ਹੁਣ ਸਾਨੂੰ ਗੁਰਦੁਆਰਾ ਅਸੀਂ ਸਾਨੂੰ ਪਾਪੂਲੇਸ਼ਨ ਸਾਡੀ ਵੱਧ ਗਈ ਹੈ, ਇੱਕ ਹੋਰ ਸਾਡੀ ਜਗ੍ਹਾ ਬੜੀ ਅੱਛੀ ਹੋਈ, ਜਿਹੜਾ ਗੁਆਂਢੀ ਸੀ ਨਾ ਬੁੱਢਾ ਅਤੇ ਬੁੱਢੀ ਅਮੈਰੀਕਨ ਸੀ, ਉਹ ਰਹਿੰਦੇ ਸੀ, ਉਹ ਆਪਦੀ ਵਿਲ ਦੇ ਵਿੱਚ ਲੈ ਕੇ ਵੀ ਸਾਡੇ ਮਨ ਤੋਂ ਮਗਰੋਂ ਇਹ ਸਿੱਖਾਂ ਨੂੰ ਦਿਓ ਇਹ। ਅੱਛਾ ਜੀ। ਉਹ ਜਦੋਂ ਉਹਨਾਂ ਦੀ ਡੈਥ ਹੋਈ ਉਹ ਸਾਡੇ ਕੋਲ ਆਏ, ਕਹਿੰਦੇ ਜੀ ਸਾਡੀ ਵਿਲ ਦੇ 'ਚ ਲੈ ਕੇ ਨੇ ਉਹ, ਬਈ ਸਿੱਖਾਂ ਦੀ ਪਹਿਲੀ ਪ੍ਰੈਫਰੈਂਸ ਤੁਹਾਡੀ ਹੈ, ਤੁਸੀਂ ਲਓ। ਅਸੀਂ ਕਿਹਾ ਜੀ ਉਹਨਾਂ ਤੁਹਾਡੇ ਪੇਰੈਂਟਸ ਦੀ ਅਸੀਂ ਵੈਲ ਅਸੀਂ ਓਨਰ ਕਰਾਂਗੇ। ਅਸੀਂ ਉਹ $65,000 ਦੇ ਵਿੱਚ ਉਹਨੂੰ ਸਾਰਾ ਖਰੀਦ ਲਿਆ। ਅੱਛਾ ਜੀ। ਉਹ ਫਿਰ 78 ਦੇ ਵਿੱਚ ਅਸੀਂ ਸਾਰੇ ਦੋਏ ਢਾ ਕੇ ਮੇਰੀ ਟਨਿਓਰ ਦੇ ਵਿੱਚ ਅਸੀਂ ਫਿਰ ਨਵਾਂ ਗੁਰਦੁਆਰਾ ਜਿਹੜਾ ਐਜ ਯੂ ਸੀ ਟੂਡੇ 'ਤੇ ਅਸੀਂ ਗੁਰਦੁਆਰਾ ਬਣਾਇਆ, ਔਰ ਕਮਾਲ ਦੇ ਗੁਰਦੁਆਰਾ ਇੱਥੇ ਗੋਬਿੰਦ ਸਿੰਘ ਮਸਕਾਨੀ ਇੱਕ ਪਹਿਲਾ ਸਿੱਖ ਹੋਇਆ ਜਿਸ ਉਹਦੀ ਇੱਥੇ ਲੜਕੀ ਹੈਗੀ ਹੈ ਰੀਅਲ ਸਟੇਟ ਦੇ ਵਿੱਚ, ਉਹ ਇੱਥੇ ਆਇਆ, ਉਹ ਕਹਿੰਦਾ ਜੀ ਜੋ ਮੈਂ ਮੈਂ ਇਹਨੂੰ ਲੈ ਕੇ ਆਇਆ ਤੇ ਸੀ IGS ਵਿੱਚ ਲੈਕਚਰ ਦੇਣ, ਮੈਂ ਇਹਨੂੰ ਘਰ ਲਾਇਆ, ਘਰ ਲਿਆ ਕੇ ਮੈਂ ਗੁਰਦੁਆਰਾ ਦਿਖਾਇਆ ਉਹਨੂੰ ਸਾਰਾ ਗੁਰਦੁਆਰਾ ਦੇਖ ਕੇ, ਕਹਿੰਦਾ ਡਾਕਟਰ ਸਾਹਿਬ ਮੈਂ ਸਾਰੀ ਦੁਨੀਆ ਦੇ ਵਿੱਚ ਫਿਰ ਕੇ ਦੇਖਿਆ ਲੈਕਚਰ ਦੇਣ ਜਾਣਾ, ਲੇਕਿਨ ਇਸ ਤਰ੍ਹਾਂ ਦਾ ਗੁਰਦੁਆਰਾ ਮੈਂ ਆਊਟਸਾਈਡ ਇੰਡੀਆ ਆਈ ਹੈਵਨਟ ਸੀਨ ਐਨੀਵੇਅਰ। ਅਤੇ ਮੈਂ ਫਿਰ ਉਹਨਾਂ ਨੂੰ ਦੱਸਿਆ ਅਸੀਂ ਵੀ ਜਿਹੜੇ ਪਲੈਨਸ ਵਗੈਰਾ ਨਾ
ਆਪਣੇ ਬਹੁਤ ਵਧੀਆ ਡਾਕਟਰ ਸਾਹਿਬ, ਵੈਸੇ ਤੁਸੀਂ ਗੱਲ ਜਿਵੇਂ ਕੀਤੀ ਗੁਆਂਢੀ ਤੁਹਾਨੂੰ ਕੋਰਟ ਦੇ ਵਿੱਚ ਲੈ ਗਏ, ਜੇਕਰ ਕਰੋ ਗੁਆਂਢੀ ਉਹੀ ਲੈ ਕੇ ਗਏ, ਆਪਣੇ ਤੁਸੀਂ ਗੁਰੂ ਘਰਾਂ ਦੇ ਵਿੱਚ ਆਪਣੇ ਹੀ ਲੈ ਕੇ ਜਾਂਦੇ ਕੋਰਟ ਦੇ ਵਿੱਚ ਦੂਜੇ ਜਿਹੜੇ ਨਾ ਜੀ ਉਹ ਲੈ ਗਏ। ਉਹ ਡਾਕਟਰ ਕੀ ਉਹਦਾ ਨਾਮ ਸੀ, ਡਾਕਟਰ ਰਜਿੰਦਰ ਪਾਲ ਸਿੰਘ, ਉਹ ਕੋਰਟ 'ਚ ਲੈ ਗਿਆ, ਕਹਿੰਦੇ ਜੀ ਡਾਕਟਰ ਪਿਆਰਾ ਸਿੰਘ ਦੀ ਕਮੇਟੀ ਇਲੀਗਲ ਹੈ। ਅੱਛਾ, ਇਹ ਵੀ ਹੋ ਗਿਆ ਫਿਰ। ਅਤੇ ਦੋ ਬੰਦੇ ਮੈਂ ਸੀ ਅਤੇ ਉਹ ਖੜ੍ਹਾ ਸੀ, ਉਹ ਮੈਂ ਕਹਿੰਦਾ ਸੀ ਵੀ ਕਮੇਟੀ ਸਾਡੀ ਲੀਗਲ ਹੈ, ਉਹ ਕਹਿੰਦਾ ਸੀ ਇਲੀਗਲ ਹੈ। ਉਹ ਜੱਜ ਕਹਿੰਦਾ ਬਈ ਗੱਲ ਸੁਣੋ, ਤੁਹਾਡੇ ਧਰਮ ਦੇ ਮੁਤਾਬਕ ਤੁਹਾਡੀ ਸੰਗਤ ਸੁਪਰੀਮ ਹੈ, ਇਹ ਜੱਜ ਕਹਿ ਰਿਹਾ, ਤੁਹਾਡੀ ਸੰਗਤ ਸੁਪਰੀਮ ਹੈ, ਉਹ ਫੈਸਲੇ ਕਰਦੇ, ਤੁਸੀਂ ਮੇਰੇ ਕੋਲ ਕੀ ਕਰਨਾ ਹੋ, ਤੁਸੀਂ ਆਪਦੀ ਸੰਗਤ ਤੋਂ ਫੈਸਲੇ ਕਰਾਓ। ਅਤੇ ਖੈਰ ਕਹਿੰਦਾ ਹੁਣ ਤੁਸੀਂ ਆ ਹੀ ਗਏ ਹੋ ਅਤੇ ਮੈਂ ਤੁਹਾਨੂੰ, ਮੈਨੂੰ ਕਹਿੰਦੇ ਦੋ ਬੰਦੇ ਤੂੰ ਦੇ, ਦੋ ਬੰਦੇ ਉਹਨੂੰ ਕਹਿੰਦੇ ਤੂੰ ਦੇ, ਅਤੇ ਪੰਜਵਾਂ ਮੈਂ ਸੁਪਰਵਾਈਜ਼ਰ ਦੇ ਨਾਲ ਅਤੇ ਇਲੈਕਸ਼ਨਾਂ ਕਰਾਓ। ਇੱਕ ਮਹੀਨਾ ਉਹਨੇ ਦੇ ਦਿੱਤਾ ਸਾਨੂੰ ਵੀ ਤੁਸੀਂ ਆਪਦੇ ਮੈਂਬਰ ਬਣਾਓ ਦੋਵੇਂ ਜਣੇ, ਅਤੇ ਅਸੀਂ ਮੈਂਬਰ ਬਣਾਏ। ਤੀਆਂ ਦਿਨਾਂ ਤੋਂ ਬਾਅਦ ਉਹ ਉਹਨਾਂ ਨੇ ਕੋਰਟ ਨੇ ਕੰਡਕਟ ਕੀਤਾ, ਸਾਰੀ ਸੁਪਰਵੀਜ਼ਨ ਕੀਤੀ, ਅਤੇ ਰਾਤ ਦੇ 2 ਵਜੇ ਤੱਕ ਵੋਟਿੰਗ ਹੁੰਦੀ ਰਹੀ, ਅਤੇ ਜੋ ਗਿਣਤੀ ਹੋਈ ਅਤੇ ਮੇਰੇ 800 ਅਤੇ ਉਹਦੀਆਂ 80 ਵੋਟਾਂ। ਜੀ ਜੀ, ਚਲੋ ਇਹ ਡਾਕਟਰ ਸਾਹਿਬ, ਗੁਰੂ ਘਰਾਂ ਦੇ ਵਿੱਚ ਕਾਫੀ ਪ੍ਰੋਬਲਮ ਹੈਗੀ ਮੇਰੇ ਖਿਆਲ, ਕਾਫੀ ਗੁਰੂ ਘਰਾਂ ਦੇ ਚੱਲਦੇ। ਚਲੋ ਆਪਾਂ ਗੁਰੂ ਘਰਾਂ ਤੋਂ ਹਟ ਕੇ ਆਪਾਂ ਗੱਲ ਕਰਦੇ ਜਿਹੜੀ ਸੇਵਾ ਭਾਵਨਾ ਦੀ ਗੱਲ ਅਸਲ ਦੇ ਵਿੱਚ ਹੈਗੀ ਹੈ, ਜਾਂ ਭਾਈ ਕਨਈਆ ਜੀ ਦੀ ਗੱਲ ਕੀਤੀ ਫਲੋਟ ਦੇ ਵਿੱਚ, ਤੁਸੀਂ ਸਾਰਾ ਸਪੋਂਸਰ ਕੀਤਾ ਵੀ ਉਹਨਾਂ ਨੇ ਤਾਂ ਦੁਸ਼ਮਣ ਉਹਨਾਂ ਨੂੰ ਕੁਝ ਦਿਸਦਾ ਹੀ ਨਹੀਂ ਸੀਗਾ ਸੇਵਾ ਕਰਨ ਵੇਲੇ, ਅਤੇ ਸੋ ਇਹ ਸੇਵਾ ਭਾਵਨਾ ਦੀ ਜਿਹੜੀ ਗੱਲ ਹੈਗੀ ਹੈ, ਡਾਕਟਰ ਸਾਹਿਬ ਤੁਸੀਂ ਕੀ ਕਹਿਣ ਲੱਗੇ ਸੀ ਕੁਛ, ਅਤੇ ਇਹਦੇ ਬਾਰੇ ਮਤਲਬ ਸਾਡੇ ਲੋਕਾਂ ਨੂੰ ਕੀ ਕਰਨਾ ਚਾਹੀਦਾ, ਸਾਨੂੰ ਕੀ ਕਰਨਾ ਚਾਹੀਦਾ? ਹਾਂਜੀ, ਮੈਂ ਤਾਂ ਉਹ ਤਾਂ ਇਹ ਹੈ ਵੀ ਆਪਾਂ ਨੂੰ ਮੈਂਸ਼ਨ ਕਰਨਾ ਚਾਹੀਦਾ ਐਂਡ ਪ੍ਰੋਪੇਗੇਟ ਕਰਨਾ ਚਾਹੀਦਾ ਪੁਆਇੰਟ ਕਿ ਦੈਟ ਵਾਜ਼ ਦਾ ਸਟਾਰਟ ਆਫ ਰੈੱਡ ਕਰੋਸ, ਦੇਰ ਵਾਜ਼ ਨੋ ਰੈੱਡ ਕਰੋਸ ਬਿਫੋਰ ਦੈਟ, ਕਿਉਂਕਿ ਉਸ ਦੋਨਾਂ ਨੂੰ ਓਇੰਟਮੈਂਟ ਵੀ ਦਿੰਦੇ ਸੀ ਅਤੇ ਪਾਣੀ ਵੀ ਪਿਲਾਉਂਦੇ ਸੀ। ਅਤੇ ਇੱਕ ਦੋ ਮੈਸੇਜ ਮੈਂ ਹੋਰ ਦੇਣੇ ਚਾਹੁੰਦਾ ਤਾਂ ਕਿ ਮੇਰਾ ਟਾਈਮ ਨਾ ਕੱਟਿਆ ਜਾਵੇ। ਬਈ ਇੱਕ ਤਾਂ ਇਹ ਹੈ ਬਈ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜੇ ਵਿਆਹ ਨੇ ਇੱਥੇ, ਹੁਣ ਇੱਥੇ ਬਹੁਤ ਐਕਸਪੈਂਸਿਵ ਵਿਆਹ ਹੋ ਗਏ, ਹੋਟਲਾਂ ਦੇ ਵਿੱਚ ਬਹੁਤ ਜ਼ਿਆਦਾ ਖਰਚੇ ਹੋ ਗਏ, ਉਹ ਵਿਆਹ ਗੁਰਦੁਆਰਿਆਂ 'ਚ ਹੋ ਕੇ ਰਿਸੈਪਸ਼ਨ ਵੀ ਗੁਰਦੁਆਰਿਆਂ 'ਚ ਹੋਣੀ ਚਾਹੀਦੀ ਹੈ ਜੀ। ਔਰ ਮੇਰੇ ਘੱਟੋ ਘੱਟ ਵਿਆਹ ਤੇ ਗੁਰਦੁਆਰਿਆਂ 'ਚ ਕਰਨਾ ਕੰਪਲੀਟ ਕਰਨਾ ਚਾਹੀਦਾ ਘੱਟੋ ਘੱਟ, ਉਹ ਤਾਂ ਹੁੰਦਾ ਹੀ ਹੈ, ਉਹ ਤਾਂ ਅਕਾਲ ਤਖਤ ਨੇ ਕਿਹਾ ਹੀ ਹੈ, ਅਕਾਲ ਤਖਤ ਨੇ ਕਿਹਾ ਆਨੰਦ ਕਾਰਜ, ਪਰ ਜਿਹੜੀ ਰਿਸੈਪਸ਼ਨ ਹੈ ਉਹ ਵੀ ਗੁਰਦੁਆਰਾ, ਮੇਰੇ ਵੱਡੇ ਲੜਕੇ ਦਾ ਵਿਆਹ ਹੋਇਆ ਸੀਗਾ, ਅਸੀਂ ਵੀ ਉਹਨਾਂ ਪਾਰਕ ਗੁਰਦੁਆਰੇ ਰਿਸੈਪਸ਼ਨ ਕੀਤੀ ਹੈ। ਸੋ ਉਹਦੇ ਨਾਲ ਜੇ ਕੋਈ, ਜੇ ਤੁਸੀਂ ਖਰਚਾ ਕਰਨਾ ਹੀ ਹੈ, ਸਕੂਲ ਨੂੰ ਕਰ ਦਿਓ, ਗੁਰਦੁਆਰੇ ਨੂੰ ਕਰ ਦਿਓ, ਗਿਆਨੀਆਂ ਨੂੰ ਕਰ ਦਿਓ, ਜਿਹਨੂੰ ਮਰਜ਼ੀ ਕਰ ਦਿਓ, ਪਰ ਬਾਹਰ ਹੋਟਲਾਂ 'ਚ ਨਾ ਟਾਈਮ ਵੇਸਟ ਕਰੋ। ਅੱਛਾ, ਦੂਸਰਾ ਪੁਆਇੰਟ ਇਹ ਹੈ ਮੇਰਾ, ਇੱਕ ਮੈਂ ਗੁਰੂ ਨਾਨਕ ਦੇਵ ਜੀ ਦੇ 1-2 ਪੁਆਇੰਟ ਮੈਂਸ਼ਨ ਕਰਨੇ ਆ ਜਿਹੜੇ ਕਿ ਸ਼ੇਅਰ ਕਰਨਾ ਚਾਹੁੰਦਾ ਮੈਂ। ਹਾਂਜੀ, ਅੱਧੇ ਮਿੰਟ 'ਚ, ਇੱਕ ਮਿੰਟ 'ਚ। ਬਈ ਦੇਖੋ, ਜਿਹੜੀਆਂ ਰਿਲੀਜੀਅਸ ਗੱਲਾਂ ਨੇ ਉਹ ਤਾਂ ਆਪਾਂ ਨੂੰ ਪਤਾ ਹੀ ਹੈ, ਗੁਰੂ ਨਾਨਕ ਦੇਵ ਜੀ ਨੇ ਕੀ ਕੰਟਰੀਬਿਊਸ਼ਨਸ ਕੀਤੀਆਂ। ਇੱਕ ਜਿਹੜੀਆਂ ਪੋਲੀਟੀਕਲ ਕੰਟਰੀਬਿਊਸ਼ਨਸ ਨੇ ਉਹ ਕਈ ਵਾਰੀ ਨਹੀਂ ਹੋ ਪਤਾ ਲੱਗ ਸਕਦਾ। ਇੱਕ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ 3 ਵਾਰੀ ਵੇਚਿਆ ਸੀ ਜੀ, ਇੱਕ ਤਾਂ ਕਾਬਲ ਦੇ ਵਿੱਚ, ਅਤੇ ਇੱਕ ਰੋਹੇਲਖੰਡ ਦੇ ਵਿੱਚ, ਅਤੇ ਇੱਕ ਜਾ ਕੇ ਉਹਨਾਂ ਨੇ ਵੈਟੀਕਨ ਦੇ ਵਿੱਚ, ਉੱਥੇ ਦਾ ਜਿਹੜਾ ਸੈਕਰੇਟਰੀ ਆ ਉਹਦੇ ਨਾਲ ਗੱਲਬਾਤ ਕੀਤੀ ਸੀ, ਉਹਦਾ ਰੈਕਰਡ ਪਿਆ ਉੱਥੇ ਵੈਟੀਕਨ ਦੇ ਵਿੱਚ, ਅਤੇ ਉੱਥੇ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਵੀ ਸਲੇਵਰੀ ਬੰਦ ਕਰੋ, ਸਲੇਵਰੀ ਦੇ ਅਗੇਂਸਟ ਉਹਨਾਂ ਨੇ ਕੀਤਾ ਸੀਗਾ। ਸੈਕਿੰਡ, ਜਦੋਂ ਫਿਰ ਉਹਨਾਂ ਨੇ, ਇਹ ਤਾਂ ਠੀਕ ਹੈ ਵੀ ਆਪਾਂ ਕਹਿ ਰਹੇ ਵੀ ਬਾਬਰ ਬਾਣੀ ਹੈਗੀ ਹੈ, ਪਰ ਉਹਦਾ ਪਰਪਸ ਕੀ ਸੀ? ਉਹਦਾ ਪਰਪਸ ਇਹ ਸੀਗਾ, ਗੁਰੂ ਸਾਹਿਬ ਨੇ ਉਹਨੂੰ ਬਾਬਰ ਨੂੰ ਕਿਹਾ ਵੀ ਤੂੰ ਹੁਣ ਇੱਥੇ ਧਾੜਵੀ ਅਤੇ ਇੱਥੇ ਉਹ ਚੋਰੀ ਕਰਨਾ ਹੀ, ਜਿਵੇਂ ਮੁਹੰਮਦ ਗੌਰੀ ਅਤੇ ਮਹਿਮੂਦ ਗਜ਼ਨਵੀ ਕਰਦੇ ਸੀ, ਵੀ ਤੂੰ ਇੱਥੇ ਬਹਿ ਕੇ ਰਾਜ ਕਰ ਹੁਣ। ਅਤੇ ਉਸਨੇ ਫਿਰ ਔਰਗੇਨਾਈਜੇਸ਼ਨ ਕੀਤੀ, ਔਰ ਜਿਹੜਾ ਤੁਹਾਡਾ ਇਸਤਰੀਆਂ ਦਾ ਟ੍ਰੈਫਿਕ ਸੀਗਾ ਕਾਬਲ ਨੂੰ ਜਾਣ ਵਾਲਾ, ਉਹ ਬੰਦ ਕੀਤਾ ਸੀ। ਇਹ ਇਹ ਇੱਕ ਬੜਾ ਪੋਲੀਟ। ਦੂਜਾ ਹੈਗਾ, ਇਹ ਜਿਹੜੀ ਖਾਲਸਾ ਪੰਥ ਦੀ ਫਾਊਂਡੇਸ਼ਨ ਸੀਗੀ ਉਹ ਗੁਰੂ ਨਾਨਕ ਦੇਵ ਜੀ ਨੇ ਰੱਖੀ, ਕਿਉਂਕਿ ਸਿੱਖ ਸੰਗਤਾਂ ਬਣਾਈਆਂ, ਔਰ ਬੜੀ ਸੰਗਤ ਛੋਟੀ ਸੰਗਤ ਸਾਰੀ ਦੁਨੀਆ ਜਾ ਕੇ ਨਾਨਕ ਚੀਰਾ, ਜਿਵੇਂ ਪਹਿਲਾਂ ਉਹਨੂੰ ਗੋਰਖਪੁਰਾ ਕਹਿੰਦੇ ਸੀ, ਫਿਰ ਉਹ ਨਾਨਕ ਚੀਰਾ ਬਣ ਗਿਆ, ਸਾਰਿਆਂ ਦੇ ਨਾਂ ਚੇਂਜ ਕੀਤੇ, ਹੈਂਜੀ। ਸੋ ਇਸ ਤਰ੍ਹਾਂ ਨਾਲ ਉੱਥੇ ਜਦੋਂ ਜੌਹਰੀ ਸੀਗਾ ਜਿਹੜਾ ਪਟਨੇ ਦੇ ਵਿੱਚ, ਉਹਦਾ ਜਿਹੜਾ ਨੌਕਰ ਸੀਗਾ ਉਸ ਨੂੰ ਉੱਥੇ 17 ਰਾਜਿਆਂ ਦਾ ਲੀਡਰ ਬਣਾਇਆ, ਹੁਣ ਇਹ ਕਿਸੇ ਨੂੰ ਨਹੀਂ ਪਤਾ ਹੁਣ, ਇੰਨੀ ਔਰਗੇਨਾਈਜੇਸ਼ਨ ਕਰਕੇ ਉਹਨਾਂ ਨੇ ਅਤੇ ਆਸਾਮ ਦੇ ਵਿੱਚ ਸੰਗਤ ਪੈਦਾ ਕੀਤੀ। ਸੋ ਇਹ ਇਸ ਤਰ੍ਹਾਂ ਨਾਲ ਇਹ ਗੁਰੂ ਨਾਨਕ ਦੇਵ ਜੀ ਦੀਆਂ ਪੋਲੀਟੀਕਲ ਕੰਟਰੀਬਿਊਸ਼ਨ ਜੀ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਮੈਂ ਇੰਟਰਸਟ ਚਾਹਾਂਗਾ ਡਾਕਟਰ ਨਰਿੰਦਰਪਾਲ ਜੀ ਤੁਸੀਂ ਜੀ। ਗੁਰੂ ਨਾਨਕ ਨੇ ਸਲੇਵਰੀ ਖਤਮ ਕੀਤੀ ਜੀ, ਜਿਵੇਂ ਇਹਨਾਂ ਨੇ ਕਿਹਾ ਨਾ ਵੀ ਮਰਦਾਨੇ ਨੂੰ ਕਹਿੰਦੇ ਮਰਦਾਨਾ, ਇੱਕ ਜਿਹੜਾ ਪਿੰਡ ਸੀ ਉੱਥੇ ਉੱਥੇ ਗੁਲਾਮ ਰੱਖੇ ਜਾਂਦੇ ਸੀ ਵੀ ਤੂੰ ਇੱਥੇ ਬਾਹਰ ਬੈਠ ਅਤੇ ਤੂੰ ਦੇਖਿਆ ਨਹੀਂ ਜਾਣਾ, ਅਤੇ ਗੁਰੂ ਨਾਨਕ ਉੱਥੇ ਜਾ ਕੇ ਉਹ ਥੜਾ ਹੁੰਦਾ ਜਿੱਥੇ ਆ ਕੇ ਗੁਲਾਮਾਂ ਨੂੰ ਲੈ ਜਾਂਦੇ ਸੀ, ਉਹ ਲੈ ਕੇ ਗਏ ਗੁਰੂ ਨਾਨਕ ਨੂੰ, ਅਤੇ ਗੁਰੂ ਨਾਨਕ ਨੂੰ ਜਿਹੜਾ ਲੈ ਕੇ ਗਿਆ ਸੀ ਵੀ ਜਾ ਤੂੰ ਘੜਾ ਲੈ ਪਾਣੀ ਭਰ ਕੇ ਲੈ,
ਉਹ ਪਾਣੀ ਭਰ ਕੇ ਦਰਿਆ ਤੋਂ ਆ ਰਹੇ ਸੀ ਅਤੇ ਉਹ ਘੜਾ ਸੀ ਜਿਹੜਾ ਉਹ ਇੱਕ ਫੁੱਟ ਉੱਚਾ ਚੱਲ ਰਿਹਾ ਸੀਗਾ ਅਤੇ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਤਾਂ ਪੈਗੰਬਰ ਆ ਕੋਈ ਇਸ ਕਰਕੇ ਉਹ ਕਹਿੰਦੇ ਵੀ ਉਹ ਪੈਰੀਂ ਪੈ ਗਏ ਗੁਰੂ ਨਾਨਕ ਦੇ ਉਹ ਕਹਿੰਦੇ ਵੀ ਗੱਲ ਸੁਣੋ ਇਹ ਜਿਹੜੀ ਤੁਸੀਂ ਗੁਲਾਮੀ ਬੰਦੇ ਦੀ ਗੁਲਾਮੀ ਕਰ ਰਹੇ ਕਰਾ ਰਹੇ ਹੋ ਇਹ ਬੰਦ ਕਰੋ ਸਰ ਗੁਰੂ ਨਾਨਕ ਇਜ਼ ਦੀ ਓਨਲੀ ਵਨ ਜਿਹੜੀ ਕਿ ਗੁਲਾਮੀ ਬੰਦੇ ਦੀ ਬੰਦੀ ਦੀ ਗੁਲਾਮੀ ਤੋਂ ਛੁਟਕਾਰਾ ਪਾਤਾ ਫਿਰ ਗੁਰੂ ਗੋਬਿੰਦ ਸਿੰਘ ਨੇ ਇਨਫੋਰਸ ਕਰ ਦਿੱਤਾ ਜਦ ਪੰਜ ਪਿਆਰੇ ਕਰਕੇ ਹਾਂਜੀ ਕਿ ਤੁਸੀਂ ਇਹ ਗੁਲਾਮ ਨਹੀਂ ਕਿਸੇ ਸਿੱਖ ਗੁਲਾਮ ਨਹੀਂ ਰਹਿ ਸਕਦੇ ਇਸ ਕਰਕੇ ਇਹ ਜੋ ਤੁਹਾਡਾ ਧਰਮ ਹੈ ਇੱਕ ਖੁਸ਼ਕਿਸਮਤ ਤੋਂ ਤੁਸੀਂ ਇੱਕ ਸਿੱਖ ਧਰਮ ਦੇ ਵਿੱਚ ਤੁਹਾਨੂੰ ਜੀਵ ਤੁਹਾਡਾ ਪੈਦਾ ਹੋਇਆ ਅਤੇ ਇਸ ਨੂੰ ਕਾਇਮ ਰੱਖੋ ਜੀ ਮਿਹਰਬਾਨੀ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਥੋੜ੍ਹਾ ਜਿਹਾ ਇੱਕ ਮਿੰਟ ਵਾਸਤੇ ਡਾਕਟਰ ਸਾਹਿਬ ਬਾਰੇ ਤੁਸੀਂ ਕੀ ਦੋ ਸ਼ਬਦ ਕਹਿਣਾ ਚਾਹੁੰਦੇ ਨਰਿੰਦਰਵਾਲ ਜੀ ਮੇਰੀ ਡਾਕਟਰ ਸਾਹਿਬ ਦੇ ਨਾਲ ਮੁਲਾਕਾਤ ਤਕਰੀਬਨ 5 ਸਾਲ ਪਹਿਲਾਂ ਇੱਥੇ ਬੋਇਨਾ ਪਾਰਕ ਗੁਰਦੁਆਰੇ ਦੇ ਵਿੱਚ ਹੋਈ ਸੀ ਅਤੇ ਆਪਣੇ ਡਾਕਟਰ ਪਿਆਰਾ ਸਿੰਘ ਜੀ ਇਹ ਬਹੁਤ ਹੀ ਕਮਿਊਨਿਟੀ ਵਾਸਤੇ ਸਾਡੀ ਸਿੱਖ ਕਮਿਊਨਿਟੀ ਵਾਸਤੇ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਕਰਦੇ ਨੇ ਅਤੇ ਮੈਂ ਉਹਨਾਂ ਦਾ ਆਪਣੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਮਿਹਰਬਾਨੀ ਮੈਂ ਡਾਕਟਰ ਅਮਰ ਸਿੰਘ ਜੀ ਅਤੇ ਤੁਹਾਡੇ ਕੋਲੋਂ ਮੈਂ ਵਿਦਾ ਲਊਂਗਾ ਅਤੇ ਡਾਕਟਰ ਸਾਹਿਬ ਨਾਲ ਹਜੇ ਅਸੀਂ ਹੋਰ ਗੱਲਬਾਤ ਕਰਾਂਗੇ ਥੋੜ੍ਹੀ ਦੇਰ ਵਾਸਤੇ ਫਿਲਹਾਲ ਦੇਖਦੇ ਰਹੋ ਜਸ ਪੰਜਾਬੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਡਾਕਟਰ ਪਿਆਰਾ ਸਿੰਘ ਜੀ ਹੁਣਾਂ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਨੇ ਮੈਂ ਕਹਿੰਦਾ ਇਹਨਾਂ ਨਾਲ ਤਾਂ ਭਾਵੇਂ ਆਪਾਂ ਸਾਰੀ ਰਾਤ ਗੱਲਾਂ ਕਰਦੇ ਰਹੀਏ ਇੰਨਾ ਇਹਨਾਂ ਕੋਲ ਖਜ਼ਾਨਾ ਇੰਨੀ ਜ਼ਿਆਦਾ ਜਾਣਕਾਰੀ ਹੈਗੀ ਹੈ ਡਾਕਟਰ ਸਾਹਿਬ ਬਹੁਤ ਵਧੀਆ ਲੱਗ ਰਹੀ ਤੁਹਾਡੇ ਨਾਲ ਗੱਲਬਾਤ ਕਰਕੇ ਇਹ ਬੁੱਕ ਵੀ ਤੁਸੀਂ ਇੱਕ ਲਿਖੀ ਬਹੁਤ ਵਧੀਆ ਐਕਸੀਲੈਂਸ ਆਫ ਸਿੱਖਿਜ਼ਮ ਇਸ ਕਿਤਾਬ ਦਾ ਕੀ ਮਕਸਦ ਹੈ ਕਿ ਜੀ ਦਿਖਾ ਦਿਓ ਤਾਂ ਕਰਕੇ ਤਾਂ ਸਾਡੇ ਦਰਸ਼ਕਾਂ ਨੂੰ ਵੀ ਅਤੇ ਇਹ ਕਦੋਂ ਕਿਹੜੇ ਸੰਨ ਦੇ ਵਿੱਚ ਇਹ ਕੀਤੀ ਸੀ ਤਿਆਰ ਇਹ 1998 ਤੋਂ ਸ਼ੁਰੂ ਕੀਤਾ ਅੱਛਾ ਜੀ ਇਹ ਕਿਤਾਬ ਆਪਣੇ ਅਲੱਗ ਸਾਹਿਬ ਨੇ ਅਤੇ ਮੈਂ ਸਪੋਂਸਰ ਕੀਤੀ ਅਤੇ ਮੋਸਟ ਆਫ ਦੀ ਜਿਹੜੇ ਕੰਟੈਂਟ ਸਨ ਉਹ ਸੀ ਗੋਜ਼ ਟੂ ਹਿੰਦੂਇਜ਼ਮ ਬੈਕਗਰਾਊਂਡ ਅਤੇ ਮੈਂ ਉਹਨਾਂ ਨੂੰ ਕਿਹਾ ਅਲੱਗ ਸਾਹਿਬ ਅਤੇ ਮੈਂ ਸਪੋਂਸਰ ਮੈਂ ਕਰ ਰਿਹਾ ਹਿੰਦੂ ਧਰਮ ਦਾ ਤੁਸੀਂ ਇਹ ਪ੍ਰਚਾਰ ਕਰ ਰਹੇ ਹੋ ਇਸ ਕਰਕੇ ਇਹ ਮੈਂ ਸਪੋਂਸਰ ਨਹੀਂ ਕਰਨੀ ਯੂ ਰਿਟਰਨ ਮਾਈ ਮਨੀ ਅਤੇ ਉਹ ਕਹਿੰਦਾ ਫਿਰ ਤੁਸੀਂ ਲਿਖੋ ਜਿਹੜਾ ਪਹਿਲਾ ਚੈਪਟਰ ਸਿੱਖਿਜ਼ਮ 'ਤੇ ਨਾ ਉਹ ਫਿਰ ਮੈਂ ਐਡ ਸਾਰਾ ਲਿਖ ਕੇ ਇਹਦੇ ਵਿੱਚ ਐਡ ਕੀਤਾ ਹੋਇਆ ਤੋ ਇਸ ਕਰਕੇ ਉਦੋਂ ਤੋਂ ਫਿਰ ਮੈਂ ਇਹ ਸਪੋਂਸਰ ਕੈਨੇਡਾ ਦੇ ਵਿੱਚ ਲੰਡਨ ਦੇ ਵਿੱਚ ਇੱਥੇ ਸਾਰੇ ਯੂਨੀਵਰਸਿਟੀ ਜਿਹੜਾ ਆਪਣਾ ਹੈ ਨਾ ਆਪਣਾ ਲਾਇਬ੍ਰੇਰੀਜ਼ ਵਗੈਰਾ ਇਹ ਸਾਰਿਆਂ ਲਾਇਬ੍ਰੇਰੀਆਂ ਦੇ ਵਿੱਚ ਇਹ ਰੱਖੀਆਂ ਕਿਤਾਬਾਂ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਖੂਬ ਯਾਰ ਸਿੱਖ ਕੌਣ ਨੇ ਅੱਛਾ ਡਾਕਟਰ ਸਾਹਿਬ ਮੈਨੂੰ ਬਹੁਤ ਵਧੀਆ ਲੱਗਿਆ ਇਹ ਗੱਲਬਾਤ ਸੁਣ ਕੇ ਕਿ ਤੁਹਾਡੇ ਨਾਲ ਕਰਕੇ ਲੱਖਾਂ ਪੰਜਾਬੀਆਂ ਦੇ ਨਾਲ ਸ਼ੇਅਰ ਕਰਕੇ ਕਿ ਤੁਸੀਂ ਸ਼ੁਰੂ ਤੋਂ ਹੀ ਇੱਕ ਐਜੂਕੇਸ਼ਨ 'ਤੇ ਜ਼ੋਰ ਦਿੱਤਾ ਜਾਂ ਹੈਲਥ 'ਤੇ ਜ਼ੋਰ ਦਿੱਤਾ ਜਿੰਨਾ ਵੀ ਤੁਸੀਂ ਸਪੋਂਸਰ ਵੀ ਜਾ ਕੀਤੇ ਤੁਸੀਂ ਹੁਣ ਤੱਕ ਵੀ ਖਾਲਸਾ ਯੂਨੀਵਰਸਿਟੀ ਦੀ ਗੱਲ ਕਰੀਏ ਉੱਥੇ ਵੀ ਸ਼ਾਇਦ ਤੁਸੀਂ ਮੇਰੇ ਖਿਆਲ 76,000 ਡਾਲਰ ਉੱਥੇ ਵੀ ਦਿੱਤਾ ਕਿਤੇ ਤੁਹਾਡੇ ਮਿਸ਼ਨਰੀ ਉੱਥੋਂ ਲੁਧਿਆਣੇ ਦੀ ਜਿਹੜੀ ਸਕੂਲ ਦੀ ਗੱਲ ਕਰੀਏ ਉੱਥੇ ਤੁਸੀਂ ਬਕਾਇਦਾ ਇੱਥੋਂ ਟੀਚਰ ਭੇਜਿਆ ਤਾਂ ਕਿ ਬੱਚੇ ਬਹੁਤ ਵਧੀਆ ਬਣ ਸਕਣ ਇੰਗਲਿਸ਼ ਇੰਗਲਿਸ਼ ਦੇ ਵਿੱਚ ਵੀ ਪਰਫੈਕਟ ਹੋ ਸਕਣ ਤੇ ਇਹ ਤੁਹਾਡੇ ਮਤਲਬ ਸ਼ੁਰੂ ਤੋਂ ਹੀ ਮਨ ਦੀ ਇੱਛਾ ਹੈ ਸ਼ੁਰੂ ਤੋਂ ਕਿਵੇਂ ਆਈ ਭਾਵਨਾ ਮਨ ਦੇ ਵਿੱਚ ਦੇਖੋ ਇਹ ਭਾਵਨਾ ਤੁਹਾਨੂੰ ਮਾਂ ਪਿਓ ਤੋਂ ਫੈਮਿਲੀ ਤੋਂ ਮਿਲਦੀ ਹੈ ਜੀ ਕੋ ਮੇਰੇ ਮਦਰ ਬਹੁਤ ਧਾਰਮਿਕ ਸਨ ਤੇ ਸੰਡੇ ਵਾਲੇ ਦਿਨ 100 ਰੁਪਈਏ ਮੈਨੂੰ ਦਿੰਦੀ ਸੀ ਜੀ ਬਈ ਪ੍ਰਸ਼ਾਦ ਕਰਾਂ ਗੁਰਦੁਆਰੇ ਜਾ ਠੀਕ ਹੈ ਜੀ ਤੇ ਅੱਧਾ ਉਦੋਂ ਪੱਤਿਆਂ 'ਤੇ ਦਿੰਦੇ ਸੀ ਅੱਧਾ ਰੱਖ ਲੈਂਦੇ ਸੀ ਅੱਧਾ ਤੁਹਾਨੂੰ ਫਿਰ ਘਰ ਆ ਕੇ ਸਾਰੇ ਬਣਦੇ ਸੀ ਫਿਰ ਮਦਰ ਅੰਮ੍ਰਿਤਸਰ ਜਿਹੜਾ ਕੁਝ ਆ ਕੇ ਆਉਂਦਾ ਦਰਸ਼ਨ ਕਰਕੇ ਆਉਂਦਾ ਸੀ ਮਦਰ ਕਹਿੰਦੀ ਸੀ ਇਹਨਾਂ ਦੇ ਪੈਰ ਜੀ ਪੈਰਾਂ ਨੂੰ ਹੱਥ ਲਾਓ ਜੀ ਜੀ ਇਹ ਪੈਰ ਹਰਿਮੰਦਰ ਸਾਹਿਬ ਵਿੱਚ ਹੋ ਕੇ ਆਏ ਨੇ ਜੀ ਡਾਕਟਰ ਸਾਹਿਬ ਤੁਸੀਂ ਜਿਵੇਂ ਹੁਣ ਵੀ ਇੱਥੇ ਵੀ ਬਹੁਤ ਵਿਚਰਦੇ ਹੋ ਤਤਪਰ ਪੂਰੇ ਤੁਹਾਡੀ ਕੋਸ਼ਿਸ਼ ਪੂਰੀ ਹੈਗੀ ਸਿੱਖ ਧਰਮ ਬਾਰੇ ਵੀ ਅਤੇ ਹੁਣ ਅੱਜ ਕੱਲ੍ਹ ਰੂਟੀਨ ਕੀ ਫਿਰ ਤੁਹਾਡੀ ਰੂਟੀਨ ਤਾਂ ਲੈਕਚਰ ਮੈਂ ਸਿੱਖ ਧਰਮ 'ਤੇ ਠੀਕ ਹੈ ਪੈਸਾ ਦੇਣਾ ਨਾ ਇੱਕ ਯੂਨੀਵਰਸਿਟੀ ਵੱਡਾ ਬਹੁਤ ਵੱਡਾ ਚਰਚ ਹੈ ਉੱਥੇ ਉੱਥੇ ਸਾਰੇ ਐਂਟਰਫੇਥ ਕਹਿੰਦੇ ਨੇ ਉਹਨੂੰ ਐਂਟਰਫੇਥ ਦੇ ਵਿੱਚ ਉਹ ਟੋਪਿਕ ਉਹ ਦੇ ਦਿੰਦੇ ਨੇ ਟੋਪਿਕ 'ਤੇ ਉਹ ਟੋਪਿਕ ਦਾ ਮਤਲਬ ਹੋਇਆ ਕਿ ਤੁਸੀਂ ਤੁਹਾਡਾ ਧਰਮ ਇਹ ਟੋਪਿਕ 'ਤੇ ਕੀ ਕੁਛ ਕਹਿ ਰਿਹਾ ਅਤੇ ਮੈਂ ਉੱਥੇ ਪਾਪੂਲਰ ਇਸ ਕਰਕੇ ਹੋ ਗਿਆ ਟੋਪਿਕ ਸੀਗਾ ਸਟੈਟਸ ਆਫ ਵੂਮਨ ਅਤੇ ਸਟੈਟਸ ਆਫ ਵੂਮਨ ਤਾਂ ਆਪਣੇ ਧਰਮ ਦੇ ਵਿੱਚ ਸੁਕਮ ਬੰਦਾ ਕਿ ਜਿਵੇਂ ਰਾਜਾਨ ਐਜ਼ ਵੀ ਸਪੀਕ ਆਲ ਦੀ ਰਿਲੀਜਨ ਡੂ ਨਾਟ ਗਿਵ
ਰਾਈਟ ਸਟੈਟਸ ਟੂ ਵੂਮਨ, ਉਹ ਮੈਂ ਜਿਹੜੇ ਲੈਕਚਰ 'ਤੇ ਇਹੀ ਕਵਰ ਕਰਦਾ ਸੀ ਵੀ ਤੁਸੀਂ ਤਾਂ ਹੁਣ ਸ਼ੁਰੂ ਕੀਤਾ, ਸਾਡੇ ਤਾਂ ਗੁਰੂ ਸਾਹਿਬ ਨੇ 350-400 ਸ਼ੁਰੂ ਕੀਤਾ ਹੋਇਆ, ਹੁਣ ਤਾਂ 550 ਸਾਲ ਹੋ ਗਏ, 500 ਸਾਲ। ਉਹ ਕਹਿੰਦੇ ਇਜ਼ ਇਟ ਟਰੂ? ਮੈਂ ਕਿਹਾ ਜੀ ਹੈ। ਉਹ ਕਹਿੰਦੇ ਅਸੀਂ ਦੇਖਣਾ ਚਾਹੁੰਦੇ ਹਾਂ ਕਿਸ ਤਰ੍ਹਾਂ ਤੁਸੀਂ ਕਰਦੇ ਹੋ। ਮੈਂ ਉਹਨਾਂ ਨੂੰ ਗੁਰਦੁਆਰੇ ਬਰਮਾਉਂਟ, ਮੈਂ 12 ਸਾਲ ਉੱਥੇ ਪ੍ਰੈਜੀਡੈਂਟ ਚੇਅਰਮੈਨ ਰਿਹਾ, ਮੈਂ ਉੱਥੇ ਲੈ ਆਇਆ। ਉੱਥੇ ਕੋਈ 30 ਜਨਾਨੀਆਂ ਸੀ। ਉਹ ਜਨਾਨੀਆਂ ਨੇ ਉਹਨਾਂ ਨੂੰ ਦੱਸਿਆ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਹੋਲੀ ਬੁੱਕ, ਅਤੇ ਅਸੀਂ ਕਿਸ ਤਰ੍ਹਾਂ ਅਸੀਂ ਕੀਰਤਨ ਵਗੈਰਾ ਉਹ ਸਾਰਾ ਉਹਨਾਂ ਨੂੰ ਦੱਸਿਆ ਕਿ ਸਾਡਾ ਜਿਹੜਾ ਪ੍ਰੋਗਰਾਮ ਬਾਰੇ, ਅਤੇ ਫਿਰ ਔਰਤਾਂ ਬਾਰੇ, ਅਤੇ ਬਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੁਕਮੰਦ। ਫਿਰ ਉਹਨਾਂ ਨੂੰ ਤਵਾਰ ਆਇਆ ਵੀ ਹਾਂ ਵੀ ਇਹ ਠੀਕ ਹੈ। ਹੁਣ ਉਹ ਫਿਰ ਉੱਥੇ ਇੱਕ ਚਰਚ ਹੈ ਬਰਮਾਉਣ ਤੋਂ ਕੋਈ ਇੱਕ ਦੋ ਕੁ ਬਲਾਕ 'ਤੇ। ਮੈਂ ਸੋਚਿਆ ਵੀ ਇੱਥੇ ਆਏ ਹਾਂ ਅਸੀਂ, ਪਰ ਰਹਿੰਦੇ ਹਾਂ, ਗੁਆਂਢੀ ਆ। ਮੈਂ ਉੱਥੇ ਗਿਆ, ਮੈਂ ਉਹਨਾਂ ਪ੍ਰੈਜੀਡੈਂਟ ਨੂੰ ਮਿਲਿਆ ਉੱਥੇ ਪਾਸਟਰ ਨੂੰ। ਮੈਂ ਕਿਹਾ ਵੀ ਆਪਾਂ ਗੁਆਂਢੀ ਆ, ਵਾਈ ਡੋਂਟ ਵੀ ਗਿੱਟ ਟੂਗੈਦਰ, ਤੁਸੀਂ ਆਓ ਅਸੀਂ ਆਉਂਦੇ ਹਾਂ। ਉਹ ਕਹਿੰਦਾ ਜੀ ਤੁਸੀਂ ਆ ਕੇ ਪਹਿਲਾਂ ਲੈਕਚਰ ਦਿਓ ਸਾਡੇ, ਤੁਹਾਡਾ ਧਰਮ ਕੀ। ਮੈਂ ਕਿਹਾ ਠੀਕ ਹੈ, ਮੈਂ ਗਿਆ ਅਤੇ ਲੈਕਚਰ ਦਿੱਤਾ, ਅਤੇ ਉਹ ਫਿਰ ਮੈਂ ਕਿਹਾ ਹੁਣ ਤੁਸੀਂ ਆਓ। ਉਹਨਾਂ ਦਾ ਪ੍ਰੈਜੀਡੈਂਟ ਆਇਆ, ਪ੍ਰੈਜੀਡੈਂਟ ਆ ਕੇ ਲੈਕਚਰ ਦੇ ਕੇ ਅਤੇ ਜਾਣ ਲੱਗਾ। ਮੈਂ ਕਿਹਾ ਨਹੀਂ 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 ਨਹੀਂ, ਅਜੇ ਲੰਗਰ ਖਾ ਕੇ ਜਾਣਾ। ਮੈਂ ਉਹਨਾਂ ਨੂੰ ਲੰਗਰ 'ਚ ਲੈ ਗਿਆ, ਲੰਗਰ 'ਚ ਲੈ ਕੇ ਅਤੇ ਲੰਗਰ ਖਿਲਾਇਆ। ਉਹ ਕਹਿੰਦਾ ਇਜ਼ ਇਟ ਫਰੀ? ਮੈਂ ਕਿਹਾ ਇਟ ਇਜ਼, ਇਟ ਇਜ਼ ਆਲ ਫਰੀ। ਕਹਿੰਦਾ ਫਿਰ ਉਸਨੇ ਜਾ ਕੇ ਦੱਸਿਆ ਵੀ ਇਹ ਤਾਂ ਬਈ ਲੰਗਰ, ਫਿਰ ਉਹ ਮੋਸਟ ਕਈ ਲੋਕ ਆਪ ਹੀ ਆਉਣ ਲੱਗ ਗਏ ਲੰਗਰ ਕਰਕੇ ਵੀ ਹਾਂ ਮਿੱਟੇ। ਸੋ ਇਸ ਕਰਕੇ ਇਹ ਹਰ ਇੱਕ ਸਿੱਖ ਦਾ ਫਰਜ਼ ਹੈ ਕਿ ਭਾਈ ਕੁਛ ਨਾ ਕੁਛ ਆਪਦਾ ਦਸਵੰਧ ਕੱਢੋ। ਬਹੁਤ ਵਧੀਆ ਡਾਕਟਰ ਸਾਹਿਬ, ਬਹੁਤ ਵਧੀਆ ਗੱਲਾਂ ਪਤਾ ਹੋਈਆਂ। ਅਖੀਰ ਦੇ ਵਿੱਚ ਮੈਂ ਚਾਹਾਂਗਾ ਪੇਰੈਂਟਸ ਜਿਹੜੇ ਸਾਡੇ ਹੈਗੇ ਨੇ, ਬੱਚਿਆਂ ਦੇ ਪੇਰੈਂਟਸ, ਵੀ ਬੱਚਿਆਂ ਨੇ ਉਹੀ ਕਰਨਾ ਸੁਣਨਾ, ਉਹੀ ਕਰਨਾ ਕਿ ਇੱਕ ਤਾਂ ਪੇਰੈਂਟਸ ਜਿਹੜੇ ਮੋਸਟਲੀ ਦੇਖੇ ਨੇ ਘਰਾਂ 'ਚ ਪੰਜਾਬੀ ਨਹੀਂ ਬੋਲਦੇ, ਅਤੇ ਇੱਕ ਪੰਜਾਬੀ ਗੁਰੂ ਘਰਾਂ ਦੇ ਵਿੱਚ ਵੀ ਮੈਂ ਦੇਖਿਆ ਬੱਚਿਆਂ ਨਾਲ ਅੰਗਰੇਜ਼ੀ ਲੱਗੀ ਹੁੰਦੀ। ਇੱਕ ਸੁਨੇਹਾ ਅਖੀਰ ਦੇ ਵਿੱਚ ਜ਼ਰੂਰ ਦਿਓ। ਅਖੀਰ ਇਹ ਦੇਖੋ ਜੀ, ਮੈਂ ਇਹ ਕਵਰ ਕੀਤਾ ਸੀ, ਮੈਂ ਲੈਕਚਰ ਗੁਰਦੁਆਰਿਆਂ 'ਚ ਵੀ ਦਿੰਦਾ ਸੀ, ਇਹ ਖਾਸ ਕਰਕੇ ਮੈਂ ਬੱਚਿਆਂ ਦੇ ਉੱਤੇ ਸੀਗਾ ਇਹ, ਅਤੇ ਮਾਂ ਪਿਓ ਨੂੰ ਉਹਦਾ ਮੇਰਾ ਸੰਦੇਸ਼ ਇਹ ਸੀ ਵੀ ਦੇਖੋ ਤੁਸੀਂ ਅਗਰ ਪੰਜਾਬੀ ਨਾ ਸਿਖਾਈ ਇਹਨਾਂ ਨੇ ਪਾਠ ਨਹੀਂ ਕਰ ਸਕਣਾ, ਜਪੀ ਸਾਹਿਬ ਨਹੀਂ ਪੜ੍ਹ ਸਕਣਾ। ਤੁਸੀਂ ਬੱਚੇ ਅਮੈਰੀਕਨ ਦੇਖ ਲਓ, 18 ਸਾਲ ਤੋਂ ਬਾਅਦ ਬਾਹਰ ਚਲੇ ਜਾਂਦੇ ਨੇ ਜੀ, ਬਿਲਕੁਲ, ਤੇ ਹੱਥੋਂ ਨਿਕਲ ਜਾਂਦੇ ਨੇ ਉਹਨੇ ਡਰੱਗ ਵਗੈਰਾ ਜਾਂ ਸਭ ਕੁਛ ਇਹਨਾਂ ਨੇ ਕਰਨਾ ਤੁਹਾਡੇ ਬੱਚਿਆਂ ਨੇ। ਅਗਰ ਤੁਸੀਂ ਨਾ ਸਮਝਿਆ, ਨਾ ਆਪਣੇ ਬੱਚਿਆਂ ਨੂੰ ਸਮਝਾਇਆ, ਉਦੋਂ ਤੋਂ ਮੈਂ ਆਪੇ ਬੱਚਿਆਂ ਨੂੰ ਲਾ ਕੇ ਦਿੰਦਾ ਸੀਗਾ, ਤੇ ਸਾਰੇ ਅਸੀਂ ਹੌਲੀ ਹੌਲੀ, ਹੁਣ ਕੋਈ ਪ੍ਰੋਬਲਮ ਨਹੀਂ ਸਰ ਜੀ। ਬਹੁਤ ਮਿਹਰਬਾਨੀ, ਸੋ ਬਹੁਤ ਵਧੀਆ ਗੱਲਾਂ ਡਾਕਟਰ ਸਾਹਿਬ ਨਾਲ ਅੱਜ ਹੋਈਆਂ। ਦੁਬਾਰਾ ਫਿਰ ਅਸੀਂ ਕੋਸ਼ਿਸ਼ ਕਰਾਂਗੇ ਵੀ ਹੋਰ ਵੀ ਇਹਨਾਂ ਦੇ ਖਜ਼ਾਨੇ ਦੇ ਵਿੱਚੋਂ ਜਿਹੜਾ ਗਿਆਨ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਸਕੀਏ। ਅੱਜ ਵਾਸਤੇ ਇੰਨਾ ਹੀ ਕਾਫੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਅਤੇ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਵੀ ਦੱਸ ਦਿੰਦੇ ਹਾਂ, ਕੋਈ ਜਾਣਕਾਰੀ ਲੈਣੀ ਚਾਹੁੰਦੇ ਜਾਂ ਡਾਕਟਰ ਸਾਹਿਬ ਬਾਰੇ ਕੋਈ ਜਾਣਕਾਰੀ ਚਾਹੁੰਦੇ ਤਾਂ ਸਾਨੂੰ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਮੇਰਾ ਸੈੱਲ ਨੰਬਰ ਵੀ ਹੈਗਾ ਤੁਹਾਡੇ ਕੋਲ, 209-450-3362, ਕੋਈ ਵੀ ਗੱਲਬਾਤ ਵਾਸਤੇ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਆਪਣਾ।